ਸਬਕਾ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਅਸੀਂ ਪ੍ਰੋਮਿਸ ਕੀਤਾ ਸੀ ਕਿ ਇਸ ਵੀਕਐਂਡ ਅਸੀਂ ਸੁਖਪਾਲ ਸਿੰਘ ਖਹਿਰਾ ਜੀ ਨੂੰ ਰੂਬਰੂ ਕਰਾਵਾਂਗੇ ਆਪਣੇ ਦਰਸ਼ਕਾਂ ਨਾਲ। ਸੁਖਪਾਲ ਸਿੰਘ ਖਹਿਰਾ ਜੋ ਕਿ ਪਿਛਲੇ ਦੋ ਦਸ਼ਕਾਂ ਤੋਂ ਪੰਜਾਬ ਦੀ ਸਿਆਸਤ ਦਾ ਇੱਕ ਐਸਾ ਨਾਮ ਹੈ ਜੋ ਆਪਣੀ ਬੁਲੰਦ ਆਵਾਜ਼ ਲਈ ਜਾਣਾ ਜਾਂਦਾ ਹੈ, ਅੱਜ ਅਸੀਂ ਉਹਨਾਂ ਨੂੰ ਤੁਹਾਡੇ ਨਾਲ ਮਿਲਾਉਣ ਜਾ ਰਹੇ ਹਾਂ। ਸੁਖਪਾਲ ਸਿੰਘ ਜੀ ਸਾਡੇ ਨਾਲ ਬਣੇ ਹੋਏ ਨੇ। ਖਹਿਰਾ ਸਾਹਿਬ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਹੈ ਜੀ ਸਬਕਾ ਟੀਵੀ ਦੇ ਤੁਹਾਡਾ। ਵਿਊਅਰਸ ਨੂੰ ਮੈਂ ਫਤਿਹ ਬੁਲਾਉਣਾ ਜੀ। ਜੀ ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਸਾਡੇ ਦਰਸ਼ਕ ਤੁਹਾਡੇ ਪਿਛੋਕੜ ਬਾਰੇ ਕੁਛ ਜਾਣਨਾ ਚਾਹਣਗੇ, ਜਿਵੇਂ ਕਿ ਬਹੁਤ ਸਾਰੇ ਦਰਸ਼ਕ ਸ਼ਾਇਦ ਨਹੀਂ ਜਾਣਦੇ ਕਿ ਤੁਹਾਡੇ ਫਾਦਰ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਖਹਿਰਾ ਜੀ ਜੋ ਕਿ 3 ਵਾਰ MLA ਰਹੇ ਨੇ, ਤੁਸੀਂ ਉਹਨਾਂ ਬਾਰੇ ਸਾਨੂੰ ਥੋੜ੍ਹਾ ਜਿਹਾ ਜਾਣੂ ਕਰਾਓ ਜੀ। ਹਾਂਜੀ, ਤੁਸੀਂ ਦਰੁਸਤ ਫਰਮਾਇਆ ਜੀ। ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਸੁਖਜਿੰਦਰ ਸਿੰਘ 1972 ਵਿੱਚ ਉਹਨਾਂ ਨੇ DSP ਦਾ ਪੁਲਿਸ ਜੋਬ ਰਿਜ਼ਾਈਨ ਕਰਕੇ ਅਸਤੀਫਾ ਦੇ ਕੇ ਪੋਲੀਟਿਕਸ ਜੁਆਇਨ ਕੀਤੀ ਸੀ ਔਰ ਅਕਾਲੀ ਦਲ ਜੁਆਇਨ ਕੀਤਾ ਸੀ। ਅਕਾਲੀ ਦਲ ਸਮੂਹ ਪੰਜਾਬੀਆਂ ਦੀ ਮਹਾਂ ਪਾਰਟੀ ਮੰਨੀ ਜਾਂਦੀ ਸੀ ਔਰ 3 ਵਾਰ ਉਹ ਇਲੈਕਟ ਹੋਏ, 2 ਵਾਰ ਉਹ ਵਿਦਿਆ ਮੰਤਰੀ ਬਣੇ ਔਰ 1986 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਨੇ, ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਨੇ ਦਰਬਾਰ ਸਾਹਿਬ ਓਪਰੇਸ਼ਨ ਬਲੈਕ ਥੰਡਰ ਦੇ ਨਾਮ ਤੇ ਪੁਲਿਸ ਭੇਜੀ ਸੀ, ਉਸ ਦੇ ਵਿਰੋਧ ਵਿੱਚ ਉਹਨਾਂ ਨੇ 1986 ਚ ਬਤੌਰ ਵਿਦਿਆ ਮੰਤਰੀ ਅਸਤੀਫਾ ਦਿੱਤਾ ਸੀਗਾ ਔਰ ਉਸ ਵਕਤ ਉਹਨਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਖੇਤੀਬਾੜੀ ਮੰਤਰੀ ਸੀ ਪੰਜਾਬ, ਉਹਨਾਂ ਨੇ ਵੀ ਅਸਤੀਫਾ ਦਿੱਤਾ ਸੀ ਔਰ ਇਹਦੇ ਨਾਲ ਨਾਲ ਉਹ ਕਾਫੀ ਅਰਸਾ ਐਮਰਜੈਂਸੀ ਤੋਂ ਲੈ ਕੇ 1975 ਤੋਂ ਲੈ ਕੇ 80 ਦੇ ਦਹਾਕਾ ਜਿਹੜਾ ਕਿ ਬਹੁਤ ਇੱਕ ਇਮਤਿਹਾਨ ਦੀ ਘੜੀ ਸੀ ਪੰਜਾਬੀਆਂ ਲਈ, ਉਸ ਦੌਰਾਨ ਬਹੁਤ ਲੰਬਾ ਅਰਸਾ ਨਜ਼ਰਬੰਦ ਰਹੇ ਨੇ ਅੰਡਰ ਵੇਰੀਅਸ ਡਿਟੈਂਸ਼ਨ। ਉਸ ਵਕਤ ਨੈਸ਼ਨਲ ਸਿਕਿਉਰਿਟੀ ਐਕਟ NSA ਲਾਗੂ ਕਰਦੀ ਸੀ ਗਵਰਨਮੈਂਟ ਆਫ ਇੰਡੀਆ, ਉਹਦੀ ਕੋਈ ਅਪੀਲ ਦਲੀਲ ਨਹੀਂ ਸੀ। ਉਹਦੇ ਚ ਜਥੇਦਾਰ ਟੋੜਾ ਸਾਹਿਬ ਔਰ ਬਲਕਿ ਜਗਵੀਰ ਸਿੰਘ ਤਲਵੰਡੀ ਸਮੇਤ ਮੇਰੇ ਪਿਤਾ ਜੀ ਕਾਫੀ ਲੰਬਾ ਅਰਸਾ ਜੇਲਾਂ ਚ ਵੀ ਕੱਟਿਆ। ਸੋ ਉਹਨਾਂ ਦਾ ਸੰਘਰਸ਼ ਸੀਗਾ ਕਾਫੀ ਅਰਸਾ ਔਰ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਅਕਾਲੀ ਦਲ ਕਾਫੀ ਗੌਰਵਮਈ ਪਾਰਟੀ ਸੀ, ਹੁਣ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਕੇਵਲ ਇੱਕ ਟੱਬਰ ਦੀ ਪਾਰਟੀ ਬਣ ਕੇ ਰਹਿ ਗਈ। ਜੀ ਜੀ, ਇਹਨਾਂ ਗੱਲਾਂ ਦੇ ਨਾਲ ਚੱਲਦੇ ਚੱਲਦੇ ਤੁਹਾਨੂੰ ਕਦੋਂ ਤੋਂ ਪੋਲੀਟੀਕਲ ਐਕਸਪੀਰੀਅੰਸ ਉਹਨਾਂ ਕੋਲੋਂ ਮਿਲਣਾ ਸ਼ੁਰੂ ਹੋਇਆ, ਕਿਉਂਕਿ ਉਹ ਕਾਫੀ ਦੇਰ ਜੇਲ੍ਹ 'ਚ ਰਹੇ, ਕੀ ਤੁਹਾਨੂੰ ਅਰਲੀ ਟਾਈਮ ਤੋਂ ਹੀ ਲੋਕਾਂ ਨਾਲ ਵਿਚਰਨਾ ਸ਼ੁਰੂ ਕਰ ਦਿੱਤਾ ਸੀ ਤੁਸੀਂ? ਹਾਂ ਬਿਲਕੁਲ, ਜਦੋਂ ਮੈਂ ਕਾਲਜ ਦੀ ਪੜ੍ਹਾਈ ਹਾਲੇ ਕਰ ਹੀ ਰਿਹਾ ਸੀਗਾ ਤੇ ਉਹੀ ਮੈਂ ਤੁਹਾਨੂੰ ਕਹਿ ਰਿਹਾ ਨਾ ਕਿ 80 ਦਾ ਦਹਾਕਾ ਬਹੁਤ ਇੱਕ ਸੰਘਰਸ਼ ਵਾਲਾ ਦਹਾਕਾ ਸੀਗਾ ਪੰਜਾਬ ਦੇ ਲਈ। ਉਹਦੇ 'ਚ ਖਾੜਕੂ ਲਹਿਰ ਵੀ ਉੱਠੀ, ਉਹਦੇ 'ਚ ਬਹੁਤ ਸਾਰੇ ਮੋਰਚੇ ਲੱਗੇ, ਧਰਮਯੁੱਧ ਮੋਰਚਾ ਲੱਗਿਆ ਬਹੁਤ ਸਾਰਾ, ਬਲਕਿ ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਇਹ ਸਾਰੇ ਜਿਹੜੇ ਵਾਕਿਆ ਸੀ ਉਹਦੇ 'ਚ ਉਹਨਾਂ ਨੂੰ ਅਕਾਲੀ ਦਲ ਦੇ ਵਕਤ ਦੇ ਆਗੂਆਂ ਨੂੰ ਬਹੁਤ ਲੰਬਾ ਸਮਾਂ ਡਿਟੈਂਸ਼ਨ, ਇੱਕ ਡਿਟੈਂਸ਼ਨ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਦੀ ਅਗਰਤਲਾ ਜ਼ਿਲ੍ਹੇ ਜੇਲ੍ਹ ਤ੍ਰਿਪੁਰਾ ਸਟੇਟ ਵੈਸਟ ਬੰਗਾਲ ਦੇ ਨਾਲ ਪੂਰਾ 362 ਦਿਨ ਨਜ਼ਰਬੰਦ ਰਹਿਣਾ। ਸੋ ਜਦੋਂ ਉਹ ਗੈਰ ਹਾਜ਼ਰ ਸੀ, ਭਾਵਾਂਕਿ ਮੈਂ ਪੜ੍ਹਦਾ ਸੀ, ਮੈਨੂੰ ਆਪਣੇ ਪਿੰਡ ਰਹਿਣਾ ਪੈਂਦਾ ਸੀ, ਮੈਂ ਉਹਨਾਂ ਦਾ ਮੈਂ ਉਹਨਾਂ ਦਾ ਇਕੱਲਾ ਪੁੱਤਰ ਸੀ, ਤਾਂ ਮੈਨੂੰ ਉਸ ਵਕਤ ਕਾਫੀ ਰਿਸਪੋਂਸਿਬਿਲਿਟੀ, ਲੋਕਾਂ ਨਾਲ ਤਾਲਮੇਲ, ਆਉਣਾ ਜਾਣਾ, ਉਹਨਾਂ ਦੇ ਦੁੱਖ ਸੁੱਖ ਵਿੱਚ ਹਿੱਸਾ ਲੈਣਾ। ਸੋ ਆਈ ਵਾਟ ਆਈ ਕੈਨ ਸੇ ਕਿ ਆਈ ਵਾਸ ਕੈਟਾਪੁਲਟਿਡ ਇਨਟੂ ਪੋਲਿਟਿਕਸ, ਨਾ ਕਿ ਮੈਂ ਕੋਈ ਬਹੁਤ ਪਲੈਨਡ ਤਰੀਕੇ ਨਾਲ, ਮੇਰਾ ਦਿਲ ਵੀ ਨਹੀਂ ਸੀ ਮੈਂ ਪੜ੍ਹਾਈ ਕਰਨ ਤੋਂ ਬਾਅਦ ਕੋਈ ਨਾ ਕੋਈ ਕੰਪੀਟੀਸ਼ਨ, ਕੋਈ ਕੰਪੀਟੀਟਿਵ ਐਗਜ਼ਾਮ 'ਚ ਬੈਠਣਾ ਚਾਹੁੰਦਾ ਸੀ ਔਰ ਆਪਣੀ ਕੋਈ ਮੁਕਾਮ ਬਣਾਉਣਾ ਚਾਹੁੰਦਾ ਸੀ, ਲੇਕਿਨ ਆਈ ਥਿੰਕ ਕੁਦਰਤ ਨੂੰ ਸ਼ਾਇਦ ਇਹ ਮਨਜ਼ੂਰ ਸੀਗਾ। ਸੋ ਹਾਲਾਤ ਨੇ ਇਸ ਤਰ੍ਹਾਂ ਨਾਲ ਮੈਨੂੰ ਇੱਧਰਲੇ ਪਾਸੇ ਖਿੱਚ ਕੇ ਲਿਆਂਦਾ ਸੀ। ਜੀ ਜੀ, ਜਿਵੇਂ ਤੁਹਾਡਾ ਜਿਹੜਾ ਸਟਾਈਲ ਵੀ ਹੈ ਉਹਨਾਂ ਦੇ ਜਦੋਂ ਜਹਿਦ ਜਿਹੜੇ ਤੁਹਾਡੇ ਫਾਦਰ ਸਾਹਿਬ ਉਹਨਾਂ ਦੇ ਵਿੱਚ ਵੀ ਜ਼ਿੰਦਗੀ 'ਚ ਨਜ਼ਰ ਆਉਂਦਾ ਹੈ ਔਰ ਤੁਸੀਂ ਆਪਣੇ ਤਿੱਖੇ ਤੇਵਰਾਂ ਲਈ ਜਾਣੇ ਜਾਂਦੇ ਹੋ, ਬੁਲੰਦ ਆਵਾਜ਼ ਲਈ ਜਾਣੇ ਜਾਂਦੇ ਹੋ, ਜਿਹੜਾ ਪੋਲੀਟੀਕਲ ਸਿਨਾਰੀਓ ਹੈ ਪੰਜਾਬ ਦਾ, ਟੌਲ ਪੋਪੀ ਸਿੰਡਰੋਮ ਜਿਹੜਾ ਇੱਕ ਕਹਾਵਤ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਟੌਲ ਪੋਪੀ ਸਿੰਡਰੋਮ ਸਾਡੇ ਜਿਹੜੇ ਤਿੱਖੇ ਸਵਰ ਵਾਲੇ, ਜਿਹੜੇ ਬੁਲੰਦ ਆਵਾਜ਼ ਵਾਲੇ, ਜਿਹੜੇ ਉੱਭਰਦੇ ਹੋਏ ਨੇਤਾ ਹੁੰਦੇ ਆ, ਉਹਨਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਅੱਗੇ ਆਉਣ ਨਹੀਂ ਦਿੱਤਾ ਜਾਂਦਾ, ਜਾਂ ਕਿ ਤੁਸੀਂ ਕਾਂਗਰਸ ਵਿੱਚ ਵੀ ਇਹ ਕਲਚਰ ਦੇਖਿਆ, ਜਾਂ ਕਿ ਇਹ ਤੁਸੀਂ ਇਹ ਤੁਹਾਨੂੰ ਪੋਲੀਟੀਕਲ ਟਾਈਮ ਟੂ ਟਾਈਮ ਤੁਹਾਨੂੰ ਕਿਹੋ ਜਿਹੀਆਂ ਦਿੱਕਤਾਂ ਆਈਆਂ ਪੋਲੀਟੀਕਲ ਕੈਰੀਅਰ ਦੇ ਵਿੱਚ? ਨਹੀਂ, ਮੇਰਾ ਖਿਆਲ ਇਕੱਲੇ ਪੰਜਾਬ ਨੂੰ ਸਿੰਗਲ ਆਊਟ ਨਾ ਕਰੀਏ, ਮੈਨੂੰ ਲੱਗਦਾ ਇਹ ਇਸ ਵਕਤ ਸਾਰੇ ਇੰਡੀਆ ਦਾ ਪੋਲੀਟੀਕਲ ਕਲਚਰ ਇਸ ਤਰ੍ਹਾਂ ਦਾ ਹੋ ਗਿਆ ਵਾ ਕਿ ਖੁਸ਼ਾਮਦ ਤੇ ਪੈਸੇ ਦੇ ਆਲੇ ਦੁਆਲੇ ਘੁੰਮਣ ਲੱਗ ਗਿਆ। ਇਹ ਜਦੋਂ ਇੰਡੀਆ ਆਜ਼ਾਦ ਹੋਇਆ ਸੀ ਤਾਂ ਉਦੋਂ ਲੋਕਾਂ ਦੀਆਂ ਭਾਵਨਾਵਾਂ ਸੇਵਾ ਭਾਵਨਾ ਨਾਲ ਲੋਕ ਸਿਆਸਤ ਵਿੱਚ ਆਉਂਦੇ ਸੀ, ਲੇਕਿਨ ਪਿਛਲੇ 3 ਦਹਾਕਿਆਂ ਤੋਂ ਆਈ ਕੈਨ ਸੇ ਮੈਂ ਵਾਚ ਕਰ ਰਿਹਾ ਬੜਾ ਕੀਲੀ, ਹੁਣ ਪੋਲੀਟਿਕਸ ਜਿਹੜੀ ਆ ਇੱਕ ਵਪਾਰ ਬਣ ਗਿਆ ਵਾ, ਇਨਵੈਸਟਮੈਂਟ ਤੇ ਰਿਟਰਨ ਦਾ ਜ਼ਰੀਆ ਬਣ ਗਿਆ। ਤੁਸੀਂ ਦੇਖੋਗੇ ਤਾਕਤਵਰ ਲੋਕ ਇਹਦੇ ਵਿੱਚ ਸਿੱਧੇ ਤੌਰ ਤੇ ਛਾਲਾ ਮਾਰ ਗਏ ਨੇ ਔਰ ਜਿਹੜੇ
ਗੁਣ ਹੋਣੇ ਚਾਹੀਦੇ ਨੇ ਰਾਜਨੀਤੀ ਦੇ ਵਿੱਚ ਜਿਹੜੇ ਤੁਹਾਨੂੰ ਉੱਪਰ ਲੈ ਕੇ ਜਾਣ, ਚਾਹੇ ਉਹ ਪੜ੍ਹਾਈ ਹੈ, ਚਾਹੇ ਤੁਹਾਡੀ ਨਿਡਰਤਾ ਹੈ, ਚਾਹੇ ਤੁਹਾਡੀ ਇਮਾਨਦਾਰੀ ਹੈ, ਚਾਹੇ ਤੁਹਾਡੀ ਡੈਡੀਕੇਸ਼ਨ ਹੈ, ਇਹ ਹੁਣ ਹੌਲੀ ਹੌਲੀ ਅਵਗੁਣ ਬਣ ਗਏ ਨੇ ਰਾਜਨੀਤੀ ਚ। ਬਹੁਤੀਆਂ ਪੋਲੀਟੀਕਲ ਪਾਰਟੀਜ਼ ਦੀ ਟੌਪ ਹਾਇਰਾਰਕੀ, ਉਹਨਾਂ ਦੇ ਉੱਪਰਲੇ ਲੀਡਰ ਬੇਜ਼ੁਬਾਨ ਆਗੂ ਚਾਹੁੰਦੇ ਨੇ, ਯੈਸ ਮੈਨ ਚਾਹੁੰਦੇ ਨੇ, ਹੱਥ ਧੁੱਕ ਕੇ ਚਾਹੁੰਦੇ ਨੇ। ਉਹ ਨੀ ਚਾਹੁੰਦੇ ਕਿ ਕੋਈ ਗੁਣਾ ਵਾਲਾ ਆਦਮੀ ਜਿਹੜਾ ਥੱਲੇ ਲੋਕਾਂ ਚ ਪੋਪੂਲਰ ਆ, ਜਿਹੜੇ ਲੋਕਾਂ ਚ ਪੋਪੂਲਰ ਹੁੰਦੇ ਨੇ ਉਹ ਦੇ ਆਰ ਅਨਪੋਪੂਲਰ ਵਿਦ ਪਾਰਟੀ ਹਾਈ ਕਮਾਂਡ, ਯੂ ਵਿਲ ਨੋਟਿਸ ਲਿਟਰਲੀ ਆਲ ਪੋਲੀਟੀਕਲ ਪਾਰਟੀਜ਼। ਤੇ ਹਾਈ ਕਮਾਂਡ ਨਾਲ ਉਹ ਲੋਕ ਪੋਪੂਲਰ ਨੇ ਜਿਹੜੇ ਖੁਸ਼ਾਮਦ ਕਰ ਸਕਦੇ ਨੇ, ਪੈਸਾ ਖਰਚਦੇ ਨੇ, ਉਹ ਬਹੁਤ ਛੇਤੀ ਤਰੱਕੀ ਕਰਦੇ ਨੇ। ਸੋ ਕਿਤੇ ਨਾ ਕਿਤੇ ਜਿਹੜੇ ਵੈਸਟਰਨ ਡੈਮੋਕ੍ਰੇਸੀ ਚਾਹੇ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਯੂ ਐਸ ਏ, ਇੱਥੇ ਆ ਜਿਹੜੇ ਮੈਂ ਪਹਿਲਾਂ ਗੁਣ ਜ਼ਿਕਰ ਕੀਤੇ ਸੀ, ਇਹ ਤੁਹਾਡੇ ਐਸੈਟਸ ਨੇ, ਤੁਹਾਡਾ ਜਿੰਨਾ ਵਾ। ਲੇਕਿਨ ਇਮਰਜਿੰਗ ਕੰਟਰੀਜ਼ ਲਾਈਕ ਇੰਡੀਆ, ਇੱਥੇ ਤੁਹਾਡੇ ਇਹ ਅਵਗੁਣ ਬਣ ਜਾਂਦੇ ਨੇ। ਬਟ ਐਨੀਵੇਜ਼, ਹੈਵਿੰਗ ਸੈਡ ਦੈਟ, ਬਟ ਇਟ ਡਜ਼ਨਟ ਡੇਟਰ ਮੀ ਕਿ ਮੈਂ ਸਟਰਗਲ ਨਹੀਂ ਕਰਨਾ। ਮੈਨੂੰ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਅੱਛੀਆਂ ਗੱਲਾਂ ਕੀਤੀਆਂ ਨੇ, ਸੱਚ ਤੇ ਪਹਿਰਾ ਦੇਣਾ, ਨਿਡਰਤਾ ਨਾਲ ਚੱਲਣਾ, ਖੁਸ਼ਾਮਦ ਨਹੀਂ ਕਰਨੀ, ਔਰ ਆਪਣੀ ਗੱਲ ਬਿਲਕੁਲ ਤੱਥਾਂ ਦੇ ਆਧਾਰ ਤੇ ਕਰਨੀ। ਸੋ ਇਟ ਵਿਲ ਹੈਵ ਐਨ ਇੰਪੈਕਟ, ਐਂਡ ਗੁਰੂ ਸਾਹਿਬ ਦੀ ਚੇਤਨਾ ਹੈ ਕਿ ਮੈਂ ਉਸੇ ਦਿਸ਼ਾ ਵੱਲ ਵੱਧਦਾ ਤੁਰਿਆ ਜਾਣਾ ਜੀ। ਜੀ, ਉਹ ਤੁਹਾਡੇ ਪੋਲੀਟੀਕਲ ਕਰੀਅਰ 'ਚ ਹੁਣ ਤੱਕ ਨਜ਼ਰ ਆ ਰਿਹਾ, ਕੁਛ ਐਸੇ ਸਵਾਲ ਸਾਡੇ ਦੇਸ਼ ਵਿਦੇਸ਼ ਤੋਂ ਐਨ ਆਰ ਆਈ ਭਰਾਵਾਂ ਨੇ ਔਰ ਇੰਡੀਆ ਤੋਂ ਵੀ, ਪੰਜਾਬ ਤੋਂ ਵੀ ਭੇਜੇ ਨੇ, ਉਹ ਆਪਾਂ ਬਾਅਦ 'ਚ ਪਲੇ ਕਰ ਦੇਵਾਂਗੇ, ਤੁਹਾਡਾ ਟਾਈਮ ਬਚਾਉਣਾ ਚਾਹੁੰਦੇ ਹਾਂ। ਇਹਨਾਂ ਨਾਲ ਸਵਾਲਾਂ ਨਾਲ ਮੁੱਦੇ ਹੋਣਾ ਜੁੜਿਆ ਹੋਇਆ ਇੱਕ ਸਵਾਲ ਸੀ ਕਿ ਤੁਸੀਂ ਆਪਣੇ ਜਿਹੜੇ ਜ਼ਿੰਮੇਵਾਰੀ ਤੁਹਾਡੀ ਹੈ ਰੀਸੈਂਟਲੀ, ਵਾਈ ਯੂ ਹੈਵ ਰਿਜ਼ਾਈਨਡ ਫਰੋਮ ਚੀਫ ਵਿਪ, ਜਿਹੜਾ ਆਮ ਆਦਮੀ ਪਾਰਟੀ ਦਾ ਹੈ, ਉਹ ਕਿਉਂ ਇੱਕ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਹੈ। ਹਾਂਜੀ, ਕੁਛ ਲੋਕਾਂ ਨੂੰ ਐਂ ਲੱਗ ਰਿਹਾ ਕਿ ਜਿੱਦਾਂ ਮੈਂ ਕੋਈ ਹੈਂਕੜ ਕਰ ਰਿਹਾ ਜਾਂ ਮੈਂ ਕਿਸੇ ਅਹੁਦੇ ਦੇ ਪਿੱਛੇ ਭੱਜ ਰਿਹਾ, ਗਲਤ ਗੱਲ ਹੈ। ਮੇਰਾ ਇਹ ਮੰਨਣਾ ਵਾ ਕਿ ਆਮ ਆਦਮੀ ਪਾਰਟੀ ਇੱਕ ਵਿਲੱਖਣ ਪਾਰਟੀ ਉਭਰੀ ਸੀ ਇਸ ਦੇਸ਼ ਦੇ ਪੋਲੀਟੀਕਲ ਸਪੈਕਟ੍ਰਮ ਤੇ, ਆਮ ਆਦਮੀ ਪਾਰਟੀ ਜੀ, ਔਰ ਲੋਕਾਂ ਨੇ ਇਹਦੇ ਅਸੂਲਾਂ ਨੂੰ ਪਸੰਦ ਕੀਤਾ ਸੀ, ਵੀਆਈਪੀ ਕਲਚਰ ਖਤਮ ਕਰਨਾ, ਭ੍ਰਿਸ਼ਟਾਚਾਰ ਦੇ ਖਿਲਾਫ ਸਖ਼ਤ ਲੜਾਈ ਲੜਨੀ, ਟਰਾਂਸਪੇਰੈਂਟ ਤੇ ਅਕਾਊਂਟੇਬਲ ਪੋਲੀਟਿਕਸ ਕਰਨੀ। ਸਵਰਾਜ ਡਾਕੂਮੈਂਟ ਬਣਾਇਆ ਸੀ ਜਿਹਦੇ ਚ ਇਹ ਸੀਗਾ ਕਿ ਹਰ ਕੰਮ ਆਮ ਆਦਮੀ ਪਾਰਟੀ ਆਪਣੇ ਵਾਲੰਟੀਅਰਸ, ਆਪਣੇ ਲੋਕਾਂ ਨੂੰ ਪੁੱਛ ਕੇ ਕਰੇਗੀ। ਔਰ ਜਦੋਂ ਇਹ ਸਾਰੇ ਅਸੂਲ ਅਸੀਂ ਲੋਕਾਂ ਦੇ ਮੂਹਰੇ ਰੱਖੇ ਤਾਂ ਅਰਵਿੰਦ ਕੇਜਰੀਵਾਲ ਬਹੁਤ ਲੋਕਪ੍ਰਿਯ ਲੀਡਰ ਹੋ ਕੇ ਉੱਭਰੇ ਦਿੱਲੀ ਚ, 67 ਸੀਟਾਂ, 53% ਵੋਟ ਸ਼ੇਅਰ ਰਿਕਾਰਡ ਤੋੜਿਆ ਉਹਨਾਂ ਨੇ ਪੰਜਾਬ ਚ। 2014 ਚ ਹੀ ਲੋਕਾਂ ਨੇ ਅੱਛੇ ਆਈਡੀਆਜ਼ ਨੂੰ ਕਲਿੱਕ ਕੀਤਾ, ਫੜ ਲਿਆ, 4 MP 25% ਵੋਟ, 38 ਅਸੈਂਬਲੀਆਂ ਚ ਲੀਡ ਕੀਤਾ। ਔਰ ਪੰਜਾਬ ਬਾਅਦ, ਕਿਉਂਕਿ ਪੰਜਾਬ ਦੇ ਲੋਕ ਥੋੜੇ ਇਨਕਲਾਬੀ ਨੇ, ਛੇਤੀ ਅੱਛੇ ਆਈਡੀਆਜ਼ ਨੂੰ ਫੜਦੇ ਨੇ, ਉਹਨਾਂ ਨੇ ਪਕੜ ਕੀਤੀ ਸੀ। ਲੇਕਿਨ ਠੀਕ 2 ਸਾਲ ਬਾਅਦ ਆਮ ਆਦਮੀ ਪਾਰਟੀ ਦਿੱਲੀ ਚ MCT ਦੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਨੇ, 53% ਵੋਟ ਤੇ ਆ ਗਈ। ਔਰ ਇੱਕ ਰਜੌਰੀ ਗਾਰਡਨ ਵਿੱਚ MLA ਜਰਨੈਲ ਸਿੰਘ ਦੇ ਜਿੱਥੇ ਖਾਲੀ ਹੋਈ ਸੀ ਜ਼ਮਾਨਤ ਜ਼ਬਤ ਹੋ ਗਈ। ਪੰਜਾਬ ਚ ਸਭ ਕੁਛ ਬਣਾਉਣ ਤੋਂ ਬਾਅਦ ਸੀਨਰੀ, ਪਾਰਟੀ, ਬੱਸਾਂ, ਰੈਲੀਆਂ, ਸਾਡੀ ਵੋਟ ਸ਼ੇਅਰ ਜਿਹੜੀ ਆ ਉਹ 25 ਤੋਂ ਘੱਟ ਕੇ 23% ਤੇ ਆ ਗਈ। 38 ਸੀਟਾਂ ਤੇ ਲੀਡ ਕੀਤਾ ਸੀ ਪਾਰਲੀਮੈਂਟ ਚ, ਅਸੀਂ ਆ ਗਏ 20 ਸੀਟਾਂ ਤੇ। ਔਰ ਮੈਂ ਸਮਝਦਾ ਕਿ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸਾਡੀ ਪਾਰਟੀ ਦੀ ਵਿਚਾਰਧਾਰਾ ਦੇ ਵਿੱਚ ਜਿਹੜਾ ਅੰਤਰ ਆਇਆ ਲੋਕਾਂ ਨੇ ਉਹ ਪਸੰਦ ਨਹੀਂ ਕੀਤਾ। ਔਰ ਜਦੋਂ ਆਈਡੀਓਲੋਜੀ ਤੋਂ ਬੰਦਾ ਡਿਵੀਏਟ ਕਰਦਾ ਵਾ, ਫਿਰ ਤੁਸੀਂ ਲੱਖ ਮਸ਼ੀਨਰੀ ਬਣਾ ਲਓ, ਫਿਰ ਉਹਦਾ ਅਸਰ ਨਹੀਂ ਹੁੰਦਾ। ਜੇ ਅਸੀਂ ਰਵਾਇਤੀ ਟਾਈਪ ਪੋਲੀਟਿਕਸ ਕਰਨੀ ਤੇ ਫਿਰ ਆਈ ਡੋਂਟ ਥਿੰਕ ਵੀ ਕੈਨ ਬੀਟ ਕਾਂਗਰਸ, ਵੀ ਕੈਨ ਬੀਟ BJP, ਵੀ ਕੈਨ ਬੀਟ ਅਕਾਲੀ ਦਲ, ਜਿਹਨਾਂ ਕੋਲ ਬਹੁਤ ਜ਼ਿਆਦਾ ਸਰਮਾਇਆ ਵਾ, ਬਹੁਤ ਜ਼ਿਆਦਾ ਜੁਗਾੜ ਆ, ਬਹੁਤ ਜ਼ਿਆਦਾ ਇਹਨਾਂ ਦੇ ਕੋਲ ਸਾਧਨ ਨੇ। ਸੋ ਮੇਰਾ ਇਹ ਮੰਨਣਾ ਵਾ, ਇਹ ਮੈਂ ਅਸਤੀਫੇ ਇਸ ਲਈ ਦੇ ਰਿਹਾ, ਔਰ ਜਿੱਦਣ ਪਿੱਛੇ ਸਾਰਿਆਂ ਨੂੰ ਦਿੱਲੀ ਸੱਦਿਆ ਗਿਆ, ਮੈਂ ਅਰਵਿੰਦ ਕੇਜਰੀਵਾਲ ਜੀ ਨੂੰ ਬੈਠ ਕੇ 30 ਮਿੰਟ ਜਿਹੜੀ ਮੁਲਾਕਾਤ ਕੀਤੀ, ਮੈਂ ਆਪਣੇ ਲਈ ਕੁਛ ਨਹੀਂ ਮੰਗਿਆ, ਔਨ ਰਿਕਾਰਡ ਆ, ਮੈਂ ਕਹਿ ਰਿਹਾ ਇੰਟਰਵਿਊ ਦੇ ਵਿੱਚ, ਮੈਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਕਿ ਲੈਟਸ ਬੈਕ, ਰਿਵਰਟ ਬੈਕ ਟੂ ਆਵਰ ਓਰੀਜਨਲ ਏਜੰਡਾ, ਜਿਹਦੇ ਨਾਲ ਜਿਹਦੇ ਕਰਕੇ ਆਪਾਂ ਲੋਕਾਂ ਵਿੱਚ ਲੋਕਪ੍ਰਿਯ ਪਾਰਟੀ ਤੇ ਲੋਕਪ੍ਰਿਯ ਲੀਡਰ ਹੋ ਕੇ ਉੱਭਰੇ ਸੀਗੇ। ਜਿੰਨੀ ਦੇਰ ਤਾਈਂ ਅਸੀਂ ਉਸ ਮੁੜ ਏਜੰਡੇ ਤੇ ਨਹੀਂ ਜਾਵਾਂਗੇ, ਸਾਨੂੰ ਇਹ ਮੁਸ਼ਕਲਾਂ ਪੇਸ਼ ਆਉਣਗੀਆਂ। ਔਰ ਪੰਜਾਬ ਦੇ ਵਿੱਚ ਖਾਸ ਤੌਰ ਤੇ 3 ਵੱਡੀਆਂ ਚੁਣੌਤੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ, ਗੁਰਦਾਸਪੁਰ ਦੀ ਜਿੰਨੀ ਚੋਣ, ਲੋਕ ਸਭਾ ਦੀ, ਔਰ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ, ਅਤੇ ਨਾਲ ਨਾਲ ਪੰਚਾਇਤ ਤੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਦੀਆਂ ਇਲੈਕਸ਼ਨਾਂ। ਲੋਕੀ ਸਾਨੂੰ ਵੋਟ ਆਮ ਆਦਮੀ ਸਾਥੀ ਪਾਰਟੀ ਦੇ ਕੇ, ਅੱਛੇ ਅਸੂਲਾਂ ਵਾਲੀ ਪਾਰਟੀ ਦੇ ਕੇ ਵੋਟ ਪਾਉਣਾ ਚਾਹੁੰਦੀ ਆ, ਨਾ ਕਿ ਰੂਟੀਨ ਦੂਸਰੀਆਂ ਰਵਾਇਤੀ ਪਾਰਟੀਆਂ ਵਾਲੀ ਪੋਲੀਟਿਕਸ ਨੂੰ ਦੇਖ ਕੇ ਵੋਟ ਪਾਉਣਾ ਚਾਹੁੰਦਾ। ਇਸ ਲਈ ਮੈਂ ਪ੍ਰੋਟੈਸਟ ਵਜੋਂ ਮੇਰੇ ਅਸਤੀਫੇ ਬਰਕਰਾਰ ਹੈ, ਔਰ ਮੈਨੂੰ ਪੂਰਾ ਆਸ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਸੂਝ ਬੂਝ ਰੱਖਣ ਵਾਲੇ ਪੜ੍ਹੇ ਲਿਖੇ ਸਿਆਣੇ ਆਗੂ ਨੇ, ਉਹ ਆਪਣੇ ਕੰਮ ਵਿੱਚ ਜ਼ਰੂਰ ਜਿਹੜੀਆਂ ਉਣਤਾਈਆਂ, ਕਿਉਂਕਿ
ਕੋਈ ਵੀ ਆਦਮੀ ਆਪਣੀਆਂ ਕਮਜ਼ੋਰੀਆਂ ਜਦੋਂ ਮੰਨਦਾ ਸਵੀਕਾਰ ਕਰਦਾ ਪਬਲਿਕ ਦੀ, ਉਹ ਕੋਈ ਨੀਵਾਂ ਨਹੀਂ ਹੁੰਦਾ, ਛੋਟਾ ਨਹੀਂ ਹੁੰਦਾ, ਤਾਕਤਵਰ ਹੋ ਕੇ ਉੱਭਰਦਾ। ਪਾਰਟੀਆਂ ਤਾਕਤਵਰ ਹੋ ਕੇ ਉੱਭਰਦੀਆਂ ਕਿ ਹਾਂ ਸਾਡੇ ਕੋਲ ਫਲਾਨੀਆਂ ਗਲਤੀਆਂ ਹੋਈਆਂ ਨੇ। ਕੋਈ ਅਕਸਰ ਗਲਤੀ ਹੋਈ ਹੈ ਤਾਂ ਸਾਡਾ ਗ੍ਰਾਫ ਦਿੱਲੀ 'ਚ 53% ਤੋਂ 27% ਤੇ ਆਇਆ ਨਾ, ਪੰਜਾਬ ਵਿੱਚ 100 ਸੀਟ ਤੋਂ ਜਿੱਦੇ ਜਿੱਦੇ ਸੀਗੀਆਂ ਸੀਟਾਂ ਤੇ ਆ ਗਏ ਨਾ। ਸੋ ਸਾਨੂੰ ਉਹਨਾਂ ਉਣਤਾਈਆਂ ਨੂੰ ਮੰਨਣ ਵਿੱਚ ਗੁਰੇਜ਼ ਨਹੀਂ ਕਰਨਾ ਚਾਹੀਦਾ। ਹਾਂ, ਉਹਨਾਂ ਨੇ ਈਵੀਐਮ ਦੀ ਗੱਲ ਕੀਤੀ, ਈਵੀਐਮ ਵਿੱਚ ਵੀ ਕਸੂਰ ਸਰ, ਬਹੁਤ ਸਾਰੇ ਵਿਕਸਿਤ ਮੁਲਕਾਂ ਨੇ ਈਵੀਐਮ ਦੇ ਨਾਲ ਇਲੈਕਸ਼ਨ ਕਰਾਉਣੀ ਛੱਡ ਦਿੱਤੀ ਹੈ। ਉਸ ਤੋਂ ਇਲਾਵਾ ਜਿਹੜੀਆਂ ਸਾਡੇ ਸਿਸਟਮ ਦੇ ਵਿੱਚ ਉਣਤਾਈਆਂ ਆਈਆਂ, ਜਿਹੜੀਆਂ ਯੂਨੋ ਹਾਈ ਕਮਾਂਡ ਕਲਚਰ ਟਾਈਪ ਡਿਵੈਲਪ ਹੋ ਗਿਆ ਕਿ ਉੱਥੇ ਦਿੱਲੀ 'ਚ ਬੈਠੇ ਫੈਸਲੇ ਹੋ ਰਹੇ ਨੇ, ਇਹ ਸਾਰੀਆਂ ਗੱਲਾਂ ਨੂੰ ਸਾਨੂੰ ਕਰੈਕਟਿਵ ਮੈਜਰਸ ਲੈਣੇ ਪੈਣਗੇ। ਆਈ ਐਮ ਕੁਆਇਟ ਸ਼ੋਰ once we take the corrective measures, Aam Aadmi Party can make a very strong comeback in 2019 Lok Sabha elections in Punjab. Ji, ji, ਤੁਹਾਡੇ ਰੀਸੈਂਟ ਇਸਤੀਫੇ ਤੋਂ ਬਾਅਦ, ਤੁਹਾਡੀ ਗੱਲਬਾਤ ਤੋਂ ਬਾਅਦ ਕੋਈ ਚੇਂਜਸ ਨਜ਼ਰ ਤੁਹਾਨੂੰ ਪੁਖਤਾ ਨਜ਼ਰ ਆ ਰਹੀ ਆ, ਕੁਛ ਪੋਜ਼ਿਟਿਵ ਹੋਪ ਨਜ਼ਰ ਆ ਰਹੀ ਆ, ਇਮੀਡੀਏਟ ਇਫੈਕਟ? ਥੋੜਾ ਜਿਹਾ ਪ੍ਰੀਮੈਚੁਰ ਹੈ ਜੀ, ਬਹੁਤ ਅਜੇਤਾ ਵਾ, ਇਟ ਟੇਕਸ ਟਾਈਮ ਆਫਟਰ ਆਲ ਜੀ। ਮੈਨੂੰ ਪੂਰਨ ਆਸ ਹੈ ਕਿ ਜ਼ਰੂਰ ਉਹ ਕੁਛ ਨਾ ਕੁਛ ਆਪਣੇ ਉਣਤਾਈਆਂ ਨੂੰ ਦੂਰ ਕਰਕੇ ਤੇ ਮੁੜ ਦੁਬਾਰਾ ਪੁਰਾਣੀ ਉਹੀ ਅਸੂਲਾਂ ਵਾਲੀ ਆਮ ਆਦਮੀ ਪਾਰਟੀ ਦੇ ਏਜੰਡੇ ਤੇ ਲੈ ਕੇ ਜਾਣ। ਔਰ ਬਹੁਤ ਸਾਰੇ ਲੋਕ ਪੰਜਾਬ ਦੇ ਸਮਝਦੇ ਸੀ ਕਿ ਇੱਕ ਚਿਹਰਾ ਸੁਖਪਾਲ ਸਿੰਘ ਖਹਿਰਾ ਵੀ ਐਸਾ ਨਾਮ ਹੈ ਕਿ ਜੋ ਪੰਜਾਬ ਨੂੰ ਇੱਕ ਸਹੀ ਡਾਇਰੈਕਸ਼ਨ 'ਚ ਲੈ ਕੇ ਜਾ ਸਕਦਾ ਹੈ। ਔਰ ਉਹਨਾਂ ਦੀ ਉਮੀਦ ਸੀ ਕਿ ਸੁਖਪਾਲ ਸਿੰਘ ਖਹਿਰਾ ਜੀ ਜਿਹੜੇ ਪੰਜਾਬ ਦੀ ਗਲੀਆਂ ਗਲੀਆਂ 'ਚ ਵਿਚਰਨਗੇ। ਔਰ ਜਦੋਂ ਕੈਂਪੇਨ ਹੋ ਰਹੀ ਸੀ, ਜਿੱਦਾਂ ਕਿ ਭਗਵੰਤ ਮਾਨ ਤੁਸੀਂ ਵੀ ਇੱਕ ਲਿਸਟ ਵਿੱਚ ਸੀਗੇ ਜਿਹਨਾਂ ਦਾ ਨਾਮ ਸੀਗਾ, ਇੱਕ ਸਟਾਰ ਕੈਂਪੇਨ ਦੇ ਵਿੱਚ ਨਾਮ ਸੀ ਤੁਹਾਡਾ, ਕੀ ਕਾਰਨ ਸੀ, ਕੀ ਟਾਉਲ ਪੋਪੀ ਸਿੰਡਰੋਮ ਕਾਰਨ ਸੀ ਕਿ ਤੁਹਾਨੂੰ ਹਰ ਰੈਲੀ ਵਿੱਚ ਪਿੰਡਾਂ ਵਿੱਚ ਗਲੀਆਂ ਵਿੱਚ ਅੱਗੇ ਨਹੀਂ ਕੀਤਾ ਗਿਆ, ਜਾਂ ਕਿ ਤੁਸੀਂ ਭੁਲੱਥ ਵਿੱਚ ਜ਼ਿਆਦਾ ਕੰਸੈਂਟਰੇਟ ਕਰਨ 'ਚ ਮਸਰੂਫ ਹੋ ਗਏ, ਕੀ ਕਾਰਨ ਸੀ ਕਿ ਉਹ ਜਿਹੜੇ ਨਿਰਾਸ਼ਾ ਜਿਹੜੀ ਵੋਲੰਟੀਅਰਸ ਵਿੱਚ ਜਾਂ ਜਿਹੜੇ ਤੁਹਾਡੇ ਫੋਲੋਅਰਸ ਉਹ ਤੁਹਾਨੂੰ ਦੇਖ ਨਹੀਂ ਸਕੇ, ਹਰ ਇੱਕ ਪਿੰਡ 'ਚ ਹਰ ਇੱਕ ਗਲੀ 'ਚ ਅੱਗੇ ਨਹੀਂ ਦੇਖ ਸਕੇ ਇੱਕ ਉਸ ਕੈਂਪੇਨ ਦੇ ਵਿੱਚ ਐਜ਼ ਅ ਸਟਾਰ ਕੈਂਪੇਨ? ਦੇਖੋ, ਇਹ ਸਵਾਲ ਜਿਹੜਾ ਨਾ ਜੀ, ਬਿਹਤਰ ਐਡਰੈਸ ਹੁੰਦਾ ਉਸ ਵਕਤ ਲੀਡਰਸ਼ਿਪ ਸੀ, ਚਾਹੇ ਉਹ ਸਾਡੇ ਜਿਹੜੇ ਉਸ ਵਕਤ ਕਮਿਊਨਿਸਟ ਮਿਸਟਰ ਗੁਰਪ੍ਰੀਤ ਸਿੰਘ ਵੜੈਚ ਤੇ ਜਾਂ ਉਸ ਵਕਤ ਜਿਹੜੇ ਦਿੱਲੀ ਦੇ ਸੰਜੇ ਸਿੰਘ ਤੇ ਦੁਰਗੇਸ਼ ਕੰਟਰੋਲ ਕਰਦੇ, ਇਹ ਨੀਤੀਆਂ ਤੇ ਗੋਲਡਨ ਸਾਰੇ ਉਹਨਾਂ ਦੀ ਅਪਰੂਵਲ ਨਾਲ ਘੜੇ ਜਾਂਦੇ ਸੀਗੇ। ਮੈਨੂੰ ਕਿਉਂ ਕੈਂਪੇਨ ਨਹੀਂ ਕਰਾਇਆ, ਮੈਨੂੰ ਕਿਉਂ ਨਹੀਂ ਅੱਗੇ ਲਿਆਉਂਦਾ ਗਿਆ, ਇਹਦਾ ਜਵਾਬ ਤਾਂ ਉਹੀ ਦੇ ਸਕਦੇ ਨਾ, ਆਈ ਕੈਨ ਨੋਟ ਆਨਸਰ ਔਨ ਦੇਅਰ ਬਿਹਾਫ। ਹਾਂ, ਇਹ ਜ਼ਰੂਰ ਮਹਿਸੂਸ ਕੀਤਾ ਕਿ ਜਿਸ ਢੰਗ ਦੇ ਨਾਲ, ਜਿਸ ਖੁਸ਼ੀ ਦੇ ਨਾਲ ਲੋਕਾਂ ਨੇ ਮੈਨੂੰ ਆਮ ਆਦਮੀ ਪਾਰਟੀ ਜੁਆਇਨ ਕਰਵਾਈ ਸੀਗੀ, ਡੈਫੀਨੇਟਲੀ ਉਸ ਲੈਵਲ ਦਾ ਜਿਹਨੂੰ ਕਹਿੰਦੇ ਨੇ ਕਿ ਇਸਤੇਮਾਲ ਹੀ ਕਹਿ ਲਓ, ਉਸ ਲੈਵਲ 'ਤੇ ਮੈਨੂੰ ਇਸਤੇਮਾਲ ਪੰਜਾਬ ਦੇ ਵਿੱਚ ਨਹੀਂ ਕੀਤਾ ਗਿਆ, ਇਸ ਗੱਲ ਦਾ ਨਾ ਉਦੋਂ ਵੀ ਨਹੀਂ ਕੀਤਾ ਗਿਆ ਔਰ ਹੁਣ ਵੀ ਕਿਤੇ ਨਾ ਕਿਤੇ ਉਸ ਲੈਵਲ ਦੀ ਜਿਹੜੀ ਜਿਹੜਾ ਜੋ ਮੈਂ ਪੈਦਾ ਕਰ ਸਕਦਾ ਸੀ ਪਾਰਟੀ ਦਾ, ਉਹ ਕਿਤੇ ਨਾ ਕਿਤੇ ਹਲੇ ਵੀ ਉਣਤਾਈਆਂ ਮੈਨੂੰ ਨਜ਼ਰ ਆ ਰਹੀਆਂ ਜੀ। ਜੀ, ਔਰ ਇਹੀ ਕਾਰਨ ਹੈ ਕਿ ਜਿਹੜੇ ਕੁਛ ਇੱਕ ਸਵਾਲ ਕੁਛ ਇੱਕ ਲੋਕਾਂ ਨੇ ਕੰਟੈਕਟ ਕੀਤਾ, ਸਾਨੂੰ ਸਵਾਲ ਵੀ ਭੇਜਿਆ ਕਿ ਉਹ ਚਾਹੁੰਦੇ ਨੇ ਕਿ ਤੁਸੀਂ ਪਾਰਟੀ ਦੀ ਆਵਾਜ਼ ਬਣ ਕੇ ਰਹੋ ਔਰ ਚੀਫ ਵਿਪ ਦੇ ਉੱਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹੋ, ਇੱਕ ਜ਼ਿੰਮੇਵਾਰੀ ਹੈ ਕਿ ਜਿਹਦੇ ਕਾਰਨ ਤੁਸੀਂ ਲੋਕਾਂ ਤੱਕ ਆਪਣੇ ਔਰ ਓਪੋਜੀਸ਼ਨ 'ਚ ਆਪਣੇ ਜਿਹੜੇ ਸਵਾਲ ਜਿਹੜੇ ਤੁਸੀਂ ਨਿਧੜਕ ਇੱਕ ਮੀਨਿੰਗਫੁੱਲ ਕੰਟੈਂਟ ਜਿਹੜਾ ਲੈ ਕੇ ਔਰ ਉਹ ਇੱਕ ਤਰਕ ਨਾਲ ਗੱਲ ਕਰਦੇ ਹੋ, ਉਹ ਪਾਰਟੀ 'ਚ ਕੋਈ ਹੋਰ ਚਿਹਰਾ ਸ਼ਾਇਦ ਐਸਾ ਨਹੀਂ ਹੈ। ਹਰ ਇੱਕ ਬੰਦੇ ਦਾ ਆਪਣਾ ਆਪਣਾ ਰਸੂਖ ਹੈ, ਹਰ ਇੱਕ ਬੰਦੇ ਜਿਹੜੇ ਫੁਲਕਾ ਜੀ, ਭਗਵੰਤ ਮਾਨ, ਇਹਨਾਂ ਦੀ ਆਪਣੀ ਆਪਣੀ ਫੈਨ ਫੋਲੋਇੰਗ ਹੈ, ਤੁਹਾਡੀ ਵੀ ਆਪਣੀ ਫੈਨ ਫੋਲੋਇੰਗ ਹੈ ਔਰ ਤੁਸੀਂ ਆਪਣੀ ਜਗ੍ਹਾ 'ਤੇ ਇੱਕ ਤਰੀਕੇ ਨਾਲ ਮੁੱਦਾ ਰੱਖਦੇ ਹੋ, ਉਹਨਾਂ ਦਾ ਇੱਕ ਆਪਣਾ ਸਟਾਈਲ ਹੈ। ਸੋ ਜੇ ਤੁਸੀਂ ਆਪਣੀ ਜ਼ਿੰਮੇਵਾਰੀ 'ਚ ਡਟ ਕੇ ਖੜ੍ਹ ਜਾਓ ਔਰ ਤੁਸੀਂ ਉਸ ਚੀਜ਼ ਨੂੰ ਨਿਭਾਓ ਤਾਂ ਉਹਦਾ ਅਸਰ ਜ਼ਰੂਰ ਪਾਰਟੀ 'ਤੇ ਚੰਗਾ ਪਏਗਾ ਔਰ ਤੁਹਾਡੇ ਆਪਣੇ ਪੋਲੀਟੀਕਲ ਕਰੀਅਰ ਲਈ ਵੀ ਉਹ ਚੰਗਾ ਹੋਏਗਾ। ਇਹ ਪਾਰਟੀ ਦੇ ਕੁਛ ਐਸੇ ਸੁਝਾਅ ਜਿਹੜੇ ਆਏ ਨੇ ਉਹ ਉਹਨਾਂ ਦੇ ਮੁਤਾਬਕ ਮੈਂ ਗੱਲ ਕਰ ਰਿਹਾ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਆਉਣ ਵਾਲੇ ਭਵਿੱਖ ਵਿੱਚ ਕੋਈ ਜ਼ਿੰਮੇਵਾਰੀ ਪੰਜਾਬ ਦੀ ਪਾਰਟੀ 'ਚ ਆਪਣੀ ਆਮ ਆਦਮੀ ਪਾਰਟੀ 'ਚ ਲਾਉਂਗੇ? ਉਹ ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਜਿਹੜੇ ਲੋਕ ਸਾਥ ਰੱਖਦੇ ਨੇ, ਔਰ ਮੈਂ ਇਹ ਨਹੀਂ ਕਿ ਮੈਂ ਪਿੱਛੇ ਹਟ ਗਿਆ ਵਾ, ਮੈਂ ਬਿਲਕੁਲ ਵਿੱਚ ਹਾਂ। ਮੈਂ ਚੰਦ ਅਹੁਦਿਆਂ ਤੋਂ ਅਸਤੀਫਾ ਦਿੱਤਾ, ਲੇਕਿਨ ਲੋਕਾਂ ਦੇ ਇਸ਼ੂ ਰਿਖਵਾਉਣ ਤੋਂ ਪਿੱਛੇ ਨਹੀਂ ਹਟੂੰਗਾ। ਮੈਂ ਆਪਣਾ ਕੰਮ ਕਰਦੇ ਰਹਿਣਾ, ਮੈਂ ਆਪਣੇ ਵੋਟਰਸ ਨੂੰ ਵੀ, ਪੁਲਾਤ ਦੇ ਲੋਕਾਂ ਨੂੰ ਵੀ ਜਵਾਬ ਦੇਣਾ, ਮੈਂ ਕੰਮ ਕਰਦੇ ਰਹਿਣਾ। ਲੇਕਿਨ ਹੁਣ ਜਦੋਂ ਰਿਸਪੋਂਸੀਬਿਲਿਟੀ ਪਾਰਟੀ ਨੇ ਫੋਰਮਲ ਜਿਹੜੀ ਰਿਸਪੋਂਸੀਬਿਲਿਟੀ ਹੁੰਦੀ ਨਾ ਜੀ, ਇੱਕ ਦਾਇਰਾ ਡਰਾ ਕੀਤਾ ਜਾਂਦਾ, ਇਹਦੇ ਵਿੱਚ ਫਲਾਨੇ ਨੂੰ ਅਸੀਂ ਜ਼ਿੰਮੇਵਾਰੀ ਦੇ ਰਹੇ ਹਾਂ। ਉਹਨਾਂ ਨੇ ਮਿਸਟਰ ਭਗਵੰਤ ਮਾਨ ਨੂੰ ਕਨਵੀਨਰ ਬਣਾਇਆ ਵਾ, ਇੱਕ ਅਮਨ ਅਰੋੜਾ ਨੂੰ ਕੋ ਕਨਵੀਨਰ ਬਣਾਇਆ, ਮਿਸਟਰ ਫੂਲਕਾ ਨੂੰ ਲੀਡਰ ਆਫ ਓਪੋਜੀਸ਼ਨ। ਹੁਣ ਜੇ ਮੈਂ ਕੋਈ ਵਿੱਚ ਵੀ ਲੱਤ ਲਾਊਂਗਾ ਜਾਂ ਬੇਲੋੜੀਆਂ ਆਪਣੇ ਆਪ ਸੈਲਫ ਸਟਾਈਲ ਜ਼ਿੰਮੇਵਾਰੀਆਂ ਚੁੱਕੂਗਾ, ਤਾਂ ਇਟ ਓਨਲੀ ਕ੍ਰੀਏਟ ਕਨਫਿਊਜ਼ਨ। ਮੇਰਾ ਇਹ ਮੰਨਣਾ ਕਿ ਆਈ ਥਿੰਕ ਸਿੰਸ ਦੇ ਹੈਵ ਬੀਨ ਅਪੁਆਇੰਟਡ ਟੂ ਵੇਰੀਅਸ ਇੰਪੋਰਟੈਂਟ ਪੋਜੀਸ਼ਨਸ ਇਨ ਦਾ ਪਾਰਟੀ, ਦੇ ਮਸਟ ਲੀਡ ਦਾ ਪਾਰਟੀ।
ਸਾਡੇ ਆਉਣ ਵਾਲੀਆਂ ਤਿੰਨ ਚਾਰ ਚੁਣੌਤੀਆਂ ਸਾਡੇ ਸਾਹਮਣੇ ਨੇ। ਪਹਿਲਾਂ ਤਾਂ ਕੋਈ ਤਿੰਨ ਕੁ ਮਹੀਨਿਆਂ ਦੇ ਗੁਰਦਾਸਪੁਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਆ ਰਹੀ, ਕਿਉਂਕਿ ਵਿਨੋਦ ਖੰਨਾ ਦੀ ਡੈਥ ਹੋ ਗਈ ਸੀਗੀ ਜੀ, ਉੱਥੇ ਇਹਨਾਂ ਨੂੰ ਲੀਡਰਸ਼ਿਪ ਦਾ ਇਮਤਿਹਾਨ ਹੋਣਾ ਵਾ, ਅੰਤ ਕੌਰ ਗਿਵਨ ਰਿਸਪੋਂਸਿਬਿਲਿਟੀ। ਫਿਰ ਸਾਡੀਆਂ ਚਾਰ ਵੱਡੀਆਂ ਕਾਰਪੋਰੇਸ਼ਨਾਂ ਪੰਜਾਬ ਦੇ ਵਿੱਚ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਇਹਨਾਂ ਦੀਆਂ ਇਲੈਕਸ਼ਨ ਆ ਰਹੀਆਂ ਨੇ। ਦੇ ਸ਼ੁਡ ਬੀ ਏਬਲ ਟੂ ਲੀਡ ਦ ਪਾਰਟੀ ਆਫਟਰ ਦੈਟ ਵਿਦ ਇਨ 8-9 ਮਹੀਨਿਆਂ ਦੇ ਵਿੱਚ ਵਿੱਚ ਪੰਚਾਇਤਾਂ, ਬਲਾਕ ਸਮਿਤੀਆਂ, ਜ਼ਿਲ੍ਹਾ ਪਰਿਸ਼ਦ ਪੰਜਾਬ ਦੀਆਂ ਜੀ, ਉਹ ਇਹ ਤਿੰਨ ਵੱਡੇ ਇਮਤਿਹਾਨ ਨੇ। ਮੈਂ ਕਿਸੇ ਤਰ੍ਹਾਂ ਦਾ ਵੀ ਕਿਸ ਕੋਸ ਨਹੀਂ ਐਡ ਕਰਨਾ ਚਾਹੁੰਦਾ, ਜਿਹੜੇ ਇਹ ਤਿੰਨ ਇੰਪੋਰਟੈਂਟ ਆਦਮੀ ਅਪੁਆਇੰਟ ਕੀਤਾ ਪਾਰਟੀ ਨੇ, ਦੇ ਸ਼ੁਡ ਬੀ ਗਿਵਨ ਅ ਫੁੱਲ ਫਰੀ ਹੈਂਡ ਐਂਡ ਦੇ ਸ਼ੁਡ ਬੀ ਏਬਲ ਟੂ ਸ਼ੋਅ ਦੇ ਪਰਫੋਰਮੈਂਸ ਇਨ ਦੀਸ ਟੂ ਥਰੀ ਇੰਪੋਰਟੈਂਟ ਚੈਲੇਂਜਸ ਪੰਜਾਬ ਸ਼ੋਕੇਸ ਜੀ। ਔਰ ਤੁਹਾਡਾ ਕੀ ਬਣਨਾ ਹੈ ਕਿ ਇਹਦੇ ਵਿੱਚ ਇਸ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ, ਕਿਵੇਂ ਅਸੀਂ ਵਾਲੰਟੀਅਰਸ ਤੁਸੀਂ ਜੋੜੋਗੇ ਵਾਲੰਟੀਅਰਸ ਨੂੰ ਔਰ ਪੰਜਾਬ 'ਚ ਬਾਕੀ ਆਵਾਮ ਨੂੰ ਨਾਲ? ਤੁਹਾਡਾ ਉਹਦੇ 'ਚ ਕੋਈ ਰੋਲ ਹਾਲੇ ਤੱਕ ਤੁਸੀਂ ਦੱਸ ਰਹੇ ਹੋ ਕਿ ਨਹੀਂ ਹੈ, ਲੇਕਿਨ ਕੀ ਉਹ ਰੋਲ ਨਾ ਕੋਈ ਡਿਫਾਈਨ ਨਾ ਹੋਣ ਦਾ ਮਤਲਬ ਇਹ ਆ ਕਿ ਤੁਸੀਂ ਇੱਕ ਵਾਰੀ ਫਿਰ ਇਹੀ ਸਾਨੂੰ ਦੇਖਣ ਨੂੰ ਮਿਲੇਗਾ ਕਿ ਤੁਸੀਂ ਕੈਂਪੇਨ ਨੂੰ ਕਿਸੇ ਤਰੀਕੇ ਨਾਲ ਵੀ ਲੀਡ ਨਹੀਂ ਕਰ ਰਹੇ, ਜਾਂ ਕਿ ਇੱਕ ਜ਼ਿੰਮੇਵਾਰੀ ਸਮਝ ਕੇ ਆਪ ਚੁੱਕ ਕੇ ਚੱਲੋਗੇ ਔਰ ਮਿਲੋਗੇ ਸਾਰਿਆਂ ਨੂੰ? ਨਹੀਂ, ਦੇਖੋ, ਫਿਰ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਰਿਸਪੋਂਸਿਬਿਲਿਟੀਜ਼ ਹੈਵ ਬੀਨ ਆਊਟਲਾਈਨਡ। ਜਿੱਦਾਂ ਲੈਟਸ ਪ੍ਰਿਜ਼ੂਮ ਇੱਕ ਮੈਚ ਹੈ, ਉਹਦੇ 'ਚ 12 ਪਲੇਅਰਸ ਨੇ, ਉਹਨਾਂ ਨੇ ਕਹਿ ਦਿੱਤਾ ਜੀ ਆਹ ਕੈਪਟਨ ਹੈ, ਇਹ ਵਾਈਸ ਕੈਪਟਨ ਆ, ਇਹ ਫਲਾਣਾ ਗੋਲਕੀਪਰ। ਹੁਣ ਮੈਂ ਕਹਾਂਗਾ ਜੀ ਇਹ ਕੈਪਟਨ ਉਹ ਨਿਗਾ ਮੈਂ ਵਾਂ ਜਾਂ ਗੋਲਕੀਪਰ ਇਹ ਨਿਗਾ ਮੈਂ ਵਾਂ, ਕਹਿਣਾ ਜੋ ਇਟ ਓਨਲੀ ਐਡ ਕਨਫਿਊਜ਼ਨ। ਸੋ ਜਿੱਥੇ ਵੀ ਮੈਨੂੰ ਉਹ ਕਹਿਣਗੇ ਮੈਂ ਕਰੂੰਗਾ ਕੰਮ, ਲੇਕਿਨ ਬ੍ਰੋਡਰ ਰਿਸਪੋਂਸਿਬਿਲਿਟੀ ਇਹ ਤਿੰਨ ਆਗੂਆਂ ਦੀ ਹੈ। ਲੈਟ ਦੈਮ ਪਰਫੋਰਮ, ਲੈਟ ਦੈਮ ਚੈਲੇਂਜਸ ਆ ਰਹੇ ਨੇ ਪੰਜਾਬ, ਮੈਨੂੰ ਪੂਰਨ ਆਸ ਆ ਕਿ ਬੜੇ ਤਗੜੇ ਹੋ ਕੇ ਨਿਕਲੀਏ। ਪਰ ਮੈਂ ਦੁਬਾਰਾ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਤਗੜੇ ਉਦੋਂ ਹੋਵਾਂਗੇ ਜਿੱਦਣ ਲੋਕਾਂ ਨੇ ਸਾਨੂੰ ਇਹ ਮੰਨਿਆ ਕਿ ਇਹ ਅਲਹਿਦਾ ਪਾਰਟੀ ਆ ਜੀ, ਇਹ ਕਾਂਗਰਸ ਦੇ ਅਕਾਲੀ ਦੇ ਅਕਾਲੀਆਂ ਦੇ ਰਾਹ ਤੇ ਚੱਲ ਰਹੇ ਉਹੀ ਕਲਚਰ ਹਾਈਕਮਾਂਡ ਦਾ, ਉਹੀ ਪੈਸੇ ਧੇਲੇ ਦੀ ਤੇ ਉਹੀ ਖੁਸ਼ਾਮਦ, ਤੇ ਫਿਰ ਮੈਨੂੰ ਘੱਟ ਉਮੀਦ ਆ। ਮੈਨੂੰ ਪੂਰਨ ਆਸ ਹੈ ਕਿ ਜਿਹੜੇ ਆਗੂ ਨੇ ਡੈਫੀਨੇਟਲੀ ਇੰਡੀਪੈਂਡੈਂਟ ਡਿਸੀਜਨ ਲੈਣਗੇ। ਹੁਣ ਦੁਬਾਰਾ ਛੋਟੀ ਛੋਟੀ ਗੱਲ ਲਈ ਦਿੱਲੀ 'ਚ ਨਹੀਂ ਜਾਣਗੇ ਪੁੱਛਣ ਲਈ, ਖੁਦ ਮੁਖਤਿਆਰੀ ਨਾਲ ਕੰਮ ਕਰਨਗੇ, ਏਜੰਡਾ ਆਪਣਾ ਘਰ ਲੈਣਗੇ ਔਰ ਪੰਜਾਬ ਦੇ ਲੋਕਾਂ ਦੇ ਮੁੱਦੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹਨਾਂ ਨੂੰ ਨਿਡਰਤਾ ਦੇ ਨਾਲ ਉਠਾਉਣਗੇ, ਤਾਂ ਪਾਰਟੀ ਜਿਹੜੀ ਹੈ ਉਹ ਡੈਫੀਨੇਟਲੀ ਇਟ ਕੈਨ ਪਰਫੋਰਮ ਵੈਲ ਜੀ। ਜੀ, ਇਹਨੂੰ ਆਪਾਂ ਇਸੀ ਸਵਾਲ ਨੂੰ ਥੋੜ੍ਹਾ ਜਿਹਾ ਡਿਫਰੈਂਟ ਤਰੀਕੇ ਨਾਲ, ਇੱਕ ਸਰਦਾਰ ਰੁਲੀਆ ਸਿੰਘ ਜੀ ਹੈਗੇ ਨਿਊਜ਼ੀਲੈਂਡ ਤੋਂ, ਉਹਨਾਂ ਨੇ ਵੀ ਇਹੀ ਗੱਲ ਕੀਤੀ ਹੈ ਕਿ ਜਿੱਦਾਂ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਅਸਤੀਫਾ ਦੇ ਦਿੱਤਾ ਸੀ 49 ਦਿਨ ਦੀ ਸਰਕਾਰ ਤੋਂ ਬਾਅਦ, ਔਰ ਉੱਥੇ ਦਿੱਲੀ ਦੀ ਪਬਲਿਕ 'ਚ ਇੱਕ ਨਿਰਾਸ਼ਾ ਸੀ, ਤੁਹਾਡੇ ਚੀਫ ਵਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਵੀ ਤੁਹਾਡੇ ਜਿਹੜੇ ਚਾਹਵਾਨ ਹੈਗੇ ਆ, ਤੁਹਾਡੇ ਜਿਹੜੇ ਫੋਲੋਅਰਸ ਹੈਗੇ, ਉਹਨਾਂ ਵਿੱਚ ਵੀ ਇੱਕ ਨਿਰਾਸ਼ਾ ਹੈ ਕਿ ਤੁਹਾਨੂੰ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ, ਉਹਨਾਂ ਚਾਹਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਨਿਰਾਸ਼ਾ ਹੋਣ ਦੀ ਲੋੜ ਨੀਗੀ ਜੀ, ਬਿਲਕੁਲ ਏਦਾਂ ਦਾ। ਮੈਂ ਕੀ ਤੁਹਾਨੂੰ ਲੱਗਦਾ ਕਿ MLA ਹੋਣਾ ਕੋਈ ਘੱਟ ਮਾਣ ਦੀ ਗੱਲ ਹੈ? ਪ੍ਰੋਟੋਕਾਲ ਅਨੁਸਾਰ ਪੰਜਾਬ 'ਚ ਤੇ ਇੰਡੀਆ 'ਚ MLA ਦਾ ਜਿਹੜਾ ਰੁਤਬਾ ਹੈ ਉਹ ਕਿਸੇ ਵੀ ਸੂਬੇ ਦੇ ਚੀਫ ਸੈਕਟਰੀ ਤੋਂ ਉੱਪਰ ਹੈ ਜੀ। ਸੋ ਆਈ ਐਮ ਸੋ ਹੈਪੀ ਕਿ ਮੈਨੂੰ ਲੋਕਾਂ ਨੇ ਮਾਣ ਬਖਸ਼ਿਆ ਇੱਕ ਨੁਮਾਇੰਦਾ ਬਣਨ ਦਾ, ਮੈਂ ਉਹ ਕੰਮ ਕਰਦੇ ਰਹਿਣਾ। ਨਿਰਾਸ਼ ਤਾਂ ਹੋਣ ਦੀ ਲੋੜ ਨਹੀਂ, ਲੇਕਿਨ ਜਦੋਂ ਪੋਲੀਟਿਕਸ ਵਿੱਚ ਆਪਾਂ ਕਿਤੇ ਚੱਲਦੇ ਹਾਂ ਕਿਸੇ ਜਮਾਤ ਦੇ ਨਾਲ ਜੀ, ਕਿਤੇ ਉਹਨਾਂ ਨੂੰ ਕੀ ਸਾਡਾ ਇੰਨਾ ਵੀ ਮੇਰਾ ਅਧਿਕਾਰ ਨਹੀਂ ਕਿ ਮੈਂ ਉਹਨਾਂ ਨੂੰ ਪ੍ਰੋਟੈਸਟ ਵਜੋਂ ਸਮਝਾਵਾਂ ਕਿ ਆਪਾਂ ਆਪਣੀ ਆਈਡੀਓਲੋਜੀ ਤੋਂ ਰੀ ਰੇਟ ਜੀ। ਤੁਸੀਂ ਮੇਰੇ ਨਾਲ ਇੱਕ ਗੱਲ ਤਾਂ ਸਹਿਮਤ ਹੋਵੋਗੇ, ਇਹ ਮੰਨਦੇ ਹੋ ਤੁਸੀਂ ਲੋਕ ਤੇ ਮੇਰੇ ਸਤਿਕਾਰਯੋਗ ਸੁਣਨ ਵਾਲੇ ਸੁਰਤੇ, ਕਿ ਜਿਸ ਤੇਜ਼ੀ ਦੇ ਨਾਲ ਆਮ ਆਦਮੀ ਪਾਰਟੀ ਇੰਡੀਆ ਦੇ ਪੋਲੀਟੀਕਲ ਸਪੈਕਟ੍ਰਮ ਤੇ ਉੱਭਰੀ ਸੀ ਜੀ, ਕਿਸੇ 70 ਚੋਂ 67 ਸੀਟਾਂ ਨੇ ਜਿੱਤੀਆਂ ਤੇ 54% ਵੋਟ ਦੇ ਲਈ ਜੀ, ਜਿਸ ਤੇਜ਼ੀ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਉੱਭਰੀ ਸੀ, ਇਹ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਹੜੀ ਸੀਟ ਅਸੀਂ ਕਹਿੰਦੇ ਸੀ ਪੰਜਾਬ 'ਚ 100 ਸੀਟਾਂ ਜਿੱਤ ਕੇ ਗੌਰਮੈਂਟ ਬਣਾਵਾਂਗੇ, ਲੇਕਿਨ ਅਸੀਂ ਉਹ ਕੇਵਲ 20 ਸੀਟਾਂ ਤੇ ਸਿਮਟ ਗਏ। ਕੀ ਇਹ ਮੇਰੇ ਨਾਲ ਲੋਕ ਇਹ ਘੱਟੋ ਘੱਟ ਆਪਾਂ ਲੈਟਸ ਬੀ ਫਰੈਂਕ, ਲੈਟਸ ਬੀ ਓਨੈਸਟ, ਡੋਂਟ ਯੂ ਥਿੰਕ ਕਿ ਪਿਛਲੇ ਦੋ ਸਾਲਾਂ ਦੇ ਵਿੱਚ ਸਾਡਾ ਪੰਜਾਬ ਜਿਹੜਾ ਵਾ ਉਹ ਨੀਵਾਂ ਆਇਆ ਵਾ? ਅਗਰ ਫਰਜ਼ ਕਰੋ ਪੰਜਾਬ ਜਿੱਤਦੀ ਆਮ ਆਦਮੀ ਪਾਰਟੀ ਆਪਣੇ ਅਸੂਲਾਂ ਤੇ ਕਾਇਮ ਰਹਿੰਦੀ, ਅਰਵਿੰਦ ਕੇਜਰੀਵਾਲ ਵਾਜ਼ ਗੋਇੰਗ ਟੂ ਬੀ ਪ੍ਰੋਜੈਕਟਿਡ ਐਟ ਦ ਨੈਕਸਟ ਪ੍ਰਾਈਮ ਮਿਨਿਸਟਰ ਇਨ 2019 ਔਰ ਸਾਡੀ ਪਾਰਟੀ ਗੁਜਰਾਤ, ਉੜੀਸਾ 'ਚ ਅੱਗ ਵਾਂਗੂ ਫੈਲਣੀ, ਉਹ ਸਾਰੀਆਂ ਲੋਕਾਂ ਦੀਆਂ ਆਸਾਂ ਸੀ ਜਿਹੜੀਆਂ, ਜਾਂ ਜਿਹੜੇ
ਪਾਰਟੀ ਦੇ ਪ੍ਰੋਸਪੈਕਟ ਸੀਗੇ ਉਹ ਸਾਰੇ ਇਸ ਵੇਲੇ ਧੁੰਦਲੇ ਪੈ ਗਏ। ਹੁਣ ਸਾਨੂੰ ਦਿੱਲੀ ਵਿੱਚ ਵੀ ਸਟਰਗਲ ਕਰਨਾ ਪੈ ਰਿਹਾ ਵਾ, ਸਾਨੂੰ ਪੰਜਾਬ ਦੇ ਵਿੱਚ ਵੀ ਸਟਰਗਲ ਕਰਨਾ ਪੈ ਰਿਹਾ। ਸੋ ਡੋਂਟ ਯੂ ਥਿੰਕ ਸਮਥਿੰਗ ਇਜ਼ ਰੋਂਗ ਸਮਵੇਅਰ ਵਿੱਚ ਵੀ ਨੀਡ ਟੂ ਰੀਫਿਕਸ। ਔਰ ਅਗਰ ਅਸੀਂ ਆਪਣੀਆਂ ਗਲਤੀਆਂ ਸਵੀਕਾਰ ਕਰਾਂਗੇ, ਗਲਤੀਆਂ ਸਵੀਕਾਰ ਕਰਨ ਨਾਲ ਕਦੀ ਕੋਈ ਬੰਦਾ ਛੋਟਾ ਨਹੀਂ ਹੁੰਦਾ ਜ਼ਿੰਦਗੀ 'ਚ, ਤਾਕਤਵਰ ਹੁੰਦਾ ਵਾ ਕਿ ਆਹ ਫਲਾਨੀ ਗਲਤੀ ਮੇਰੇ ਤੋਂ ਹੋਈ ਹੈ, ਅਸੀਂ ਇਹਨੂੰ ਸੁਧਾਰਾਂਗੇ। ਅਤੇ ਜੇ ਅਸੀਂ ਸਵੀਕਾਰ ਹੀ ਕੁਛ ਨਹੀਂ ਕਰਨਾ ਅਤੇ ਅਸੀਂ ਉਸੇ ਹੀ ਰਾਹ 'ਤੇ ਰੂਟੀਨ ਪੋਲੀਟੀਕਲ ਪਾਰਟੀਆਂ ਵਾਂਗੂ ਚੱਲਣਾ, ਦੈਨ ਬੀ ਪ੍ਰੀਪੇਅਰਡ ਕਿ ਰੂਟੀਨ ਹੀ ਰਿਜ਼ਲਟਸ ਆਉਣਗੇ। ਜੀ ਜੀ, ਇੱਕ ਬੜਾ ਚਰਚਾ 'ਚ ਰਿਹਾ ਮੁੱਦਾ ਹਮੇਸ਼ਾ ਇਸ ਗੱਲ 'ਤੇ ਮੈਂ ਆਉਂਦਾ, ਤੁਹਾਡੀ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਸਿਰਫ 20 ਸੀਟਾਂ 'ਤੇ ਸਿਮਟ ਕੇ ਰਹਿ ਗਏ, ਇਸ ਚੀਜ਼ ਨੂੰ ਅਸੀਂ ਗਲਾਸ ਅੱਧਾ ਭਰਿਆ ਆ ਉਸ ਤਰੀਕੇ ਨਾਲ ਦੇਖੀਏ ਕਿ 0 ਤੋਂ 22 MLA ਬਣ ਜਾਣਾ, ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਇਸ ਬਾਰੇ ਤੁਹਾਡਾ ਪਰਸਨਲ ਕੀ ਵਿਚਾਰ ਹੈ ਕਿ ਜਿਹੜੇ 22 MLA ਬਣੇ ਆ? ਨਹੀਂ ਉਹ ਏਦਾਂ ਦਾ ਤੁਸੀਂ ਜੀ, ਇਹ ਤਾਂ ਕਹਾਵਤਾਂ ਬਣੀਆਂ ਹੋਈਆਂ ਨੇ ਪੋਜ਼ਿਟਿਵ ਸ਼ੋ ਕਰਨਾ, ਜੇ ਗਲਾਸ ਅੱਧਾ ਪਾਣੀ ਦਾ ਖਾਲੀ ਨਹੀਂ ਅੱਧਾ ਭਰਿਆ, ਉਹ ਤਾਂ ਠੀਕ ਹੈ ਆਪਣੇ ਮਨ ਨੂੰ ਤਸੱਲੀ ਦੇਣ ਲਈ ਠੀਕ ਹੈ, ਬਟ ਡੋਂਟ ਯੂ ਥਿੰਕ ਗੋਲਡਨ ਓਪਰਚੁਨਿਟੀ ਗੁਆਚੀ ਪੰਜਾਬ ਦੇ ਵਿੱਚ, ਸੁਨਹਿਰੀ ਮੌਕਾ ਸ਼ਾਇਦ ਇਸ ਤਰ੍ਹਾਂ ਦਾ ਇੱਕ ਮਾਹੌਲ ਦੁਬਾਰਾ ਬਣਨਾ, ਰੋਜ਼ ਰੋਜ਼ ਤਾਂ ਬਣਦਾ ਨਹੀਂ ਆ ਪੰਜਾਬ ਦੇ ਵਿੱਚ, ਜਿਹੜੇ ਤੀਸਰੇ ਵਿਕਲਪ ਨੇ ਅਗਰ ਲੋਕ ਜਿਹੜੇ ਪੁਰਾਣੇ ਐਨਾਲਾਈਜ਼ ਕਰ ਰਹੇ ਨੇ, ਬੜੀਆਂ ਕਈ ਸਾਲਾਂ ਬਾਅਦ ਉੱਭਰਦੇ ਨੇ ਜੀ। ਇੱਕ ਵਾਰ ਲੋਕਾਂ ਨੇ 1999 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਦਿੱਤਾ ਸੀ, ਉਹਨਾਂ ਨੇ ਮੌਕਾ ਦਵਾ ਲਿਆ, ਅੱਜ ਤੱਕ ਇਲੈਕਸ਼ਨ ਲੜ ਰਹੇ ਨੇ, 117 ਸੀਟਾਂ ਦੇ ਬੰਦੇ ਵੀ ਖੜੇ, ਵੋਟਾਂ ਪੈਣੀਆਂ 100, 200, 300, 500। ਦੂਸਰਾ ਵਿਕਲਪ ਇੱਕ ਵਾਰੀ ਖਾਸ ਤੌਰ 'ਤੇ ਦਲਿਤ ਭਾਈਚਾਰੇ ਵਿੱਚ ਆਇਆ ਸੀਗਾ, 80% ਵੋਟ ਆ ਦਲਿਤਾਂ ਦੇ ਪੰਜਾਬ ਦੇ ਵਿੱਚ, ਕਾਂਸ਼ੀ ਰਾਮ ਨੇ ਬਸਪਾ ਸਮਾਜ ਪਾਰਟੀ ਦਾ ਲਿਆਂਦਾ 1996 ਵਿੱਚ 3 ਪਾਰਲੀਮੈਂਟ ਦੀਆਂ ਸੀਟਾਂ, ਤੇ ਜਿੰਨੀ ਹੁਣ ਸਾਨੂੰ ਪਰਸੈਂਟੇਜ ਵੋਟ ਪਈ, 23% ਵੋਟ ਪੰਜਾਬ 'ਚ ਪਈ ਉਹਨਾਂ, ਲੇਕਿਨ ਅੱਜ ਬਸਪਾ ਵੀ 117 ਕੈਂਡੀਡੇਟ ਵੀ ਖੜੀ ਕਰਦੀ ਹੈ ਤੇ ਵੋਟਾਂ ਪੈਂਦੀਆਂ ਨੇ, ਜਮਾਨਤਾਂ ਜਿਸ ਹੁੰਦੀਆਂ ਨੇ। ਸੋ ਤੀਸਰੇ ਵਿਕਲਪ ਬਹੁਤ ਦੇਰ ਬਾਅਦ ਆਉਂਦੇ, ਤੀਸਰਾ ਵਿਕਲਪ ਬੜੀ ਮੁਸ਼ਕਿਲ ਨਾਲ ਪੰਜਾਬ ਦੇ ਵਿੱਚ ਉੱਭਰਿਆ ਸੀ। ਅਗਰ ਆਪਾਂ 20 ਸੀਟਾਂ ਲੈ ਕੇ ਖੁਸ਼ ਹਾਂ, ਉਹ ਤਾਂ ਫਿਰ ਉਸ ਗੱਲ ਨੂੰ ਤਾਂ ਕੋਈ ਨਕਾਰਦਾ ਹੀ ਨਹੀਂ ਹੈ, ਲੇਕਿਨ ਮੇਰਾ ਇਹ ਮੰਨਣਾ ਵਾ ਕਿ ਅਸੀਂ ਗਵਰਨਮੈਂਟ ਬਣਾ ਸਕਦੇ ਸੀਗੇ, ਅਸੀਂ ਚਲੋ 4 ਸੀਟ ਨਾਲ ਜਿੱਤੇ, ਲੇਕਿਨ ਅਸੀਂ ਜਿੱਦਾਂ ਦਾ ਪਾਰਟੀ ਦਾ ਮੇਲਾ ਸਾਡਾ ਹੋਇਆ ਸੀ 2016 ਦੀ ਜਨਵਰੀ ਦੇ ਵਿੱਚ, ਜਿਹੜੇ ਲੋਕਾਂ ਨੇ ਉਹਨੂੰ ਕੀਨਲੀ ਵਾਚ ਕੀਤਾ, ਉਹ ਸਰਕਾਰ ਬਣਾਉਣ ਵਾਲਾ ਮੇਲਾ ਇਕੱਠ ਹੋਇਆ ਸੀਗਾ। ਬਦਕਿਸਮਤੀ ਨਾਲ ਅਸੀਂ ਬਹੁਤ ਜ਼ਿਆਦਾ ਦਿੱਲੀ ਵਾਲਿਆਂ ਨੇ ਮੁਦਾਖਲਤ ਕੀਤੀ, ਬਹੁਤ ਜ਼ਿਆਦਾ ਉਹਨਾਂ ਨੇ ਓਵਰ ਪਾਵਰਿੰਗ ਰੋਲ ਲੈ ਲਿਆ, ਅਤੇ ਪੰਜਾਬ ਦੇ ਲੋਕਾਂ ਨੂੰ ਐਂ ਮਹਿਸੂਸ ਹੋਣ ਲੱਗ ਗਿਆ ਕਿ ਇਹ ਤਾਂ ਬਾਹਰੋਂ ਪਾਰਟੀ ਚੱਲੂਗੀ, ਇਹਦੇ 'ਚ ਪੰਜਾਬੀਆਂ ਦਾ ਅਤੇ ਸਿੱਖਾਂ ਦਾ ਘੱਟ ਰੋਲ ਹੈ, ਜਿਸ ਢੰਗ ਨਾਲ ਸੋਚਿਆ ਗਿਆ, ਜਿਸ ਢੰਗ ਦੇ ਨਾਲ ਟਿਕਟਾਂ ਵੰਡੀਆਂ ਗਈਆਂ, ਜਿਸ ਢੰਗ ਦੇ ਨਾਲ ਪ੍ਰੋਜੈਕਸ਼ਨ ਹੀ ਨਹੀਂ ਕਿਸੇ ਦੀ ਕੀਤੀ ਗਈ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਇੱਕ ਪੁਰਾਣਾ ਚਿਹਰਾ ਸੀ ਪੰਜਾਬ ਦਾ, ਉਹਦੇ ਮੁਕਾਬਲੇ 'ਤੇ ਆਮ ਆਦਮੀ ਪਾਰਟੀ ਨੇ ਬੰਦਾ ਹੀ ਨਹੀਂ ਪ੍ਰੋਜੈਕਟ ਕੀਤਾ, ਲੋਕਾਂ ਦਾ ਨੇੜੇ ਜਾ ਕੇ ਵੋਟਾਂ ਵੋਟਰਾਂ ਦਾ ਇਹ ਦਿਮਾਗ 'ਚ ਆਉਣ ਲੱਗ ਗਿਆ ਕਿ ਇਹ ਨਾ ਹੋਵੇ ਕਿਤੇ ਸਰਕਾਰ ਇਹਨਾਂ ਦੀ ਚੀਫ ਮਿਨਿਸਟਰ ਲਿਆ ਕੇ ਬਾਹਰੋਂ ਕੋਈ ਸਾਡੇ 'ਤੇ ਥੋਪ ਦੇਣ, ਇਹ ਪੰਜਾਬੀ ਕਦੀ ਸਵੀਕਾਰ ਨਹੀਂ ਕਰਨਗੇ। ਪੰਜਾਬ ਦਾ ਪਿਛੋਕੜ ਅਤੇ ਇਤਿਹਾਸ ਤੁਸੀਂ ਦੇਖ ਲਓ, ਮਾਰ ਕੇ ਚੰਗੀ ਤਰ੍ਹਾਂ ਨਾਲ। ਸੋ ਆਈ ਪਰਸਨਲੀ ਫੀਲ ਲੋਕ ਇਸ ਨੂੰ ਪੋਜ਼ਿਟਿਵਲੀ ਲੈਂਦੇ, ਇਟਸ ਅ ਗੁੱਡ ਥਿੰਗ, ਲੇਕਿਨ ਆਈ ਫੀਲ ਦੈਟ ਵੀ ਹੈਵ ਲੋਸਟ ਅ ਗੋਲਡਨ ਓਪਰਚੁਨਿਟੀ। ਜੀ ਜੀ, ਇਸ ਗੱਲ ਤੋਂ ਥੋੜ੍ਹੀ ਹਟ ਕੇ ਗੱਲ ਕਰਦੇ ਹਾਂ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਦਾ ਮੁੱਦਾ ਹੈ, ਉਹ ਦੁਬਾਰਾ ਕਮਿਸ਼ਨ ਬਿਠਾਇਆ ਗਿਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ, ਜਿਹਨੂੰ ਕਿ ਲੀਡ ਕਰ ਰਹੇ ਨੇ, ਹੈੱਡ ਕਰ ਰਹੇ ਨੇ ਰਣਜੀਤ ਸਿੰਘ ਜੀ, ਜੋ ਕਿ ਤੁਹਾਡੇ ਬ੍ਰਦਰ ਇਨ ਲਾਅ ਵੀ ਨੇ ਮੇਰੇ ਖਿਆਲ। ਇਸ ਵੇਲੇ ਉਸ ਕਮਿਸ਼ਨ ਤੋਂ ਤੁਹਾਨੂੰ ਕੀ ਉਮੀਦ ਹੈ ਕਿ ਇਸ ਵੇਲੇ ਜਿਹੜਾ ਕਮਿਸ਼ਨ ਹੈ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਵਾਰ ਵਾਰ, ਉਹਦੇ 'ਤੇ ਦੋਸ਼ੀ ਫੜ ਹੋਣਗੇ ਔਰ ਉਹਨਾਂ ਨੂੰ ਸਜ਼ਾ ਮਿਲੇਗੀ, ਕੀ ਕੈਪਟਨ ਸਰਕਾਰ ਉਹਨਾਂ ਨੂੰ ਸਜ਼ਾ ਦਵਾਏਗੀ ਤੁਹਾਨੂੰ ਲੱਗਦਾ? ਦੇਖੋ, ਮੇਰਾ ਇਹ ਮੰਨਣਾ ਵਾ ਕਿ ਕਮਿਸ਼ਨ ਸੈਟਅਪ ਕਰਨ ਤੋਂ ਪਹਿਲਾਂ ਅਗਰ ਕੈਪਟਨ ਅਮਰਿੰਦਰ ਸਿੰਘ ਵਾਕਈ ਜੈਨੂਅਨਲੀ ਕੰਸਰਨ ਸੀਗੇ ਅਬਾਊਟ ਜਸਟਿਸ ਟੂ ਦੀ ਅਗਰੀਵਡ ਆਫ ਬਹਿਬਲ ਕਲਾਂ ਪੁਲਿਸ ਫਾਇਰਿੰਗ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਤੇ ਪਹਿਲਾਂ ਉਹਨਾਂ ਨੂੰ ਉਹ ਜਿਹੜੀ FIR ਸੀਗੀ ਨਾ ਜੀ, ਬੇਨਾਮੀ, ਉਹਦੇ 'ਚ ਪੁਲਿਸ ਵਾਲੇ ਨਾਮਜ਼ਦ ਕਰਨੇ ਚਾਹੀਦੇ ਸੀ। ਇਹ ਕੰਮ ਪੁਲਿਸ ਦਾ ਸੀਗਾ, ਇਹ ਕਿਸੇ ਕਮਿਸ਼ਨ ਨੂੰ ਲੋੜ ਨਹੀਂ ਜੀ, ਪੁਲਿਸ ਇਨਕੁਆਇਰੀ ਮਾਰਕ ਕਰਦੇ ਵਿਦ ਇਨ ਲਾਈਕ 1 ਵੀਕ। ਆਫਟਰ ਆਲ ਐਵੀਡੈਂਸ ਸਾਹਮਣੇ ਸੀਗੀਆਂ, ਵੀਡੀਓ ਕਲਿਪਿੰਗਸ ਨੇ ਅਖਬਾਰਾਂ 'ਚ ਨਾਮ ਆ ਗਏ ਸੀਗੇ, ਲੋਕਾਂ ਨੇ ਦੇਖਿਆ ਸੀਗਾ, ਵਿਟਨੈਸਿਸ ਹੋਏ ਨੇ, 2 ਬੰਦੇ ਮਰੇ ਸੀਗੇ, 2 ਸਿੱਖ ਨੌਜਵਾਨ ਮਰੇ ਨੇ। ਪਹਿਲਾਂ ਉਹਨਾਂ ਦੇ ਕਤਲ ਵਿੱਚ ਦੋਸ਼ੀਆਂ ਨੂੰ ਨਾਮਜ਼ਦ ਕਰਦੇ, FIR 'ਚ ਉਹਨਾਂ ਨੂੰ ਫੜਦੇ,
ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਰਨ ਲੱਭਣ ਵਾਸਤੇ ਤੇ ਜੋ ਲੋਕਾਂ ਨੇ ਸ਼ਰਾਰਤਾਂ ਕੀਤੀਆਂ ਉਹਦਾ ਕਮਿਸ਼ਨ ਬਣਾ ਦਿੰਦੇ, ਕੋਈ ਹਰਜ ਨੀ ਸੀਗਾ। ਔਰ ਜਸਟਿਸ ਰਣਜੀਤ ਸਿੰਘ ਹੁਣੀ ਮੇਰੇ, ਜਸਟਿਸ ਰਣਜੀਤ ਸਿੰਘ ਦਾ ਦਾਅਵਾ ਮੇਰੇ ਬ੍ਰਦਰ ਲਾਅ ਨੇ, ਨੋ ਡਾਊਟ। ਔਰ ਅਗਰ ਤੁਸੀਂ ਲੋਕ ਪਿੱਛੇ ਜਾ ਕੇ ਉਹਨਾਂ ਦਾ ਦੇਖੋਗੇ, ਉਹਨਾਂ ਦਾ ਰਿਕਾਰਡ ਇਜ਼ ਇੰਪੈਕੇਬਲ। ਔਰ ਮੈਨੂੰ ਉਮੀਦ ਹੈ ਕਿ ਅਗਰ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਜਾਊ, ਕਿਉਂਕਿ ਨੋਰਮਲੀ ਕਮਿਸ਼ਨ ਹੀ ਹੁੰਦੇ ਨੇ, ਤੁਸੀਂ ਕਮਿਸ਼ਨ ਤਾਂ ਬਹੁਤ ਜ਼ਿਆਦਾ ਬਣੇ ਨੇ ਇੰਡੀਆ 'ਚ ਜੀ। ਜੇ ਤੁਸੀਂ 1984 ਦੇ ਜਿਹੜੇ ਕਤਲੇਆਮ ਦੇ ਕਮਿਸ਼ਨ ਦੇਖੋਗੇ, ਰੰਗਾਨਾਥਨ ਕਮਿਸ਼ਨ, ਨਾਨਾਵਤੀ ਕਮਿਸ਼ਨ, ਉਹਨਾਂ ਦੀਆਂ ਰਿਪੋਰਟਾਂ ਕਿਹਦੀ ਅੱਜ ਤੱਕ ਕਦੀ ਕਿਸੇ ਨੇ ਲਾਗੂ ਕੀਤੀਆਂ ਵਾ। ਬਹਿਬਲ ਕਲਾਂ ਪੁਲਿਸ ਫਾਇਰਿੰਗ ਦਾ ਵੀ ਕਮਿਸ਼ਨ ਇੱਕ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਾਦਲ ਨੇ ਬਣਾਇਆ ਸੀਗਾ, ਉਹਦੀ ਰਿਪੋਰਟ ਇਲੈਕਸ਼ਨਾਂ ਤੋਂ ਪਹਿਲਾਂ ਆ ਚੁੱਕੀ ਸੀਗੀ। ਉਸਨੇ ਵੀ ਮਾੜੀ ਮੋਟੀ ਰਿਕਮੈਂਡੇਸ਼ਨ ਕੀਤੀਆਂ ਸੀ, ਜਿਹੜੀਆਂ ਛੋਟੀਆਂ ਮੋਟੀਆਂ ਰਿਕਮੈਂਡੇਸ਼ਨ ਵੀ ਨੇ ਉਹਨੇ ਮੰਨੀਆਂ ਸੀ ਬਾਦਲ ਦੀ ਸਰਕਾਰ। ਔਰ ਇਹ ਵੀ ਨਾਲ ਚੰਗੀ ਤਰ੍ਹਾਂ ਸੁਣ ਲਓ ਕਿ ਕਮਿਸ਼ਨ ਦੀਆਂ ਰਿਕਮੈਂਡੇਸ਼ਨ ਬਾਈਂਡਿੰਗ ਨਹੀਂ ਗੀਆਂ ਇਸ ਦੇਸ਼ ਦੇ ਵਿੱਚ। ਕੀ ਕਹਿੰਦੀ ਆ, ਜਦੋਂ ਕਮਿਸ਼ਨ ਤੁਸੀਂ ਬਣਾਉਂਦੇ ਹੋ, ਤੁਸੀਂ ਕਮਿਸ਼ਨ ਬਣਾ ਦਿੱਤਾ, ਉਹਦੀਆਂ ਰਿਕਮੈਂਡੇਸ਼ਨ ਆਰ ਨਾਟ ਨੈਸੈਸਰੀਲੀ ਬਾਈਂਡਿੰਗ ਔਨ ਦ ਗਵਰਨਮੈਂਟ ਕਿ ਇਹ ਫਲਾਨੀਆਂ ਜਿਹੜੀਆਂ ਗੱਲਾਂ ਕਹੀਆਂ ਇਹਨਾਂ ਨੇ ਤੇ ਅਸੀਂ ਇੰਪਲੀਮੈਂਟ ਕਰਦੇ ਹਾਂ। ਸੋ ਲੈਟਸ ਵੇਟ ਐਂਡ ਵਾਚ ਕਿ ਉਹ ਕਿਸ ਤਰ੍ਹਾਂ ਦਾ ਕਮਿਸ਼ਨ ਦਾ ਕਾਰੋਬਾਰ ਹੁੰਦਾ। ਫੋਲੋ ਕਰਨਾ ਚਾਹੀਦਾ ਸੀ, ਕੀ ਤੁਸੀਂ ਇਹ ਗੱਲ ਨੂੰ ਉੱਪਰ ਉਠਾਓਗੇ ਅਸੈਂਬਲੀ ਵਿੱਚ? ਜੀ, ਅਸੀਂ ਤਾਂ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਪਹਿਲਾਂ FIR ਵਿੱਚ ਲੋਕਾਂ ਨੂੰ ਨਾਮਜ਼ਦ ਅਗਰ ਉਹਨਾਂ ਦੀ ਇੰਟੈਂਸ਼ਨ ਠੀਕ ਹੈ, ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਦੀ, ਫਸਟ ਪੁਲਿਸ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਦੀ ਅਰੈਸਟ ਪਾਓ ਜੀ, ਐਵਰੀਥਿੰਗ ਐਲਸ ਇਜ਼ ਸਬਸੀਕੁਐਂਟ ਜੀ। ਜੀ, ਇਹ ਸਨ ਸੁਖਪਾਲ ਖਹਿਰਾ ਜੀ, ਜੋ ਕਿ ਸਬਕਾ TV ਦੇ ਦਰਸ਼ਕਾਂ ਨਾਲ ਰੂਬਰੂ ਹਨ। ਔਰ ਖਹਿਰਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਲਈ। ਅਸੀਂ ਟਾਈਮ ਟੂ ਟਾਈਮ ਤੁਹਾਡੇ ਨਾਲ ਰਾਬਤਾ ਬਣਾ ਕੇ ਰੱਖਾਂਗੇ, ਔਰ ਅੱਗੇ ਤੋਂ ਵੀ ਤੁਸੀਂ ਅਗਰ ਟਾਈਮ ਦਿਓਗੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਲਾਈਵ ਵੀਡੀਓ ਕਾਨਫਰੰਸਿੰਗ ਨਾਲ ਆਪਾਂ ਇੰਟਰਵਿਊ ਕਰੀਏ। ਤੁਹਾਡੇ ਟਾਈਮ ਦੀ ਘਾਟ ਹੋਣ ਕਰਕੇ ਆਪਾਂ ਇਹ ਨਹੀਂ ਕਰ ਸਕੇ, ਸੋ ਫਿਰ ਵੀ ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਨਾਲ ਟਾਈਮ ਦੇਣ ਲਈ ਜੀ। ਸਰ, ਬਹੁਤ ਸ਼ੁਕਰੀਆ ਤੁਹਾਡੇ ਮਾਧਿਅਮ ਰਾਹੀਂ ਬਾਜਵਾ ਜੀ। ਮੈਂ ਸਾਰੇ ਨਿਊਜ਼ੀਲੈਂਡ ਤੇ ਆਸਟ੍ਰੇਲੀਆ 'ਚ ਬੈਠੇ ਸਤਿਕਾਰਯੋਗ ਵਿਊਅਰਸ ਦਾ ਵੀ ਰਿਣੀ ਹਾਂ, ਔਰ ਮੈਂ ਤੁਹਾਡਾ ਪੰਜਾਬੀਆਂ ਦਾ ਬਹੁਤ ਧੰਨਵਾਦ ਕਰ ਰਿਹਾ ਕਿ ਤੁਸੀਂ, ਕਿਉਂਕਿ ਅੱਛੇ ਕੰਟਰੀਜ਼ ਵਿੱਚ ਰਹਿੰਦੇ ਹੋ, ਤੁਹਾਡਾ ਅਵੇਅਰਨੈਸ ਲੈਵਲ ਬਹੁਤ ਅੱਛਾ ਹੋਇਆ। ਤੁਸੀਂ ਪੰਜਾਬ 'ਚੋਂ ਭਾਵਾਂ ਕੁਛ ਨਹੀਂ ਲੈਣਾ, ਲੇਕਿਨ ਤੁਹਾਨੂੰ ਪੰਜਾਬ ਦੀ ਚਿੰਤਾ ਪੰਜਾਬੀਆਂ ਨਾਲੋਂ, ਇੱਥੇ ਰਹਿੰਦੇ ਪੰਜਾਬੀਆਂ ਨਾਲੋਂ ਜ਼ਿਆਦਾ। ਔਰ ਜਿੰਨਾ ਤੁਸੀਂ ਰੋਜ਼ ਜ਼ੋਰ ਲਾਇਆ, ਜਿੰਨੀ ਤੁਸੀਂ ਚਾਰਾਜੋਈ ਕੀਤੀ, ਜਿੰਨੀ ਤੁਸੀਂ ਕੋਸ਼ਿਸ਼ ਕੀਤੀ, ਉਸ ਨੂੰ ਮੈਂ ਸਲਿਊਟ ਕਰਦਾ। ਔਰ ਮੈਂ ਤੁਹਾਨੂੰ ਇਹੀ ਅਪੀਲ ਕਰੂੰਗਾ ਕਿ ਹੌਸਲਾ ਨਹੀਂ ਹਾਰਨ ਦੀ ਲੋੜ, ਘਬਰਾਉਣ ਦੀ ਲੋੜ ਨਹੀਂ, ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ। ਵੀ ਆਮ ਕੁਆਇਟ ਹੋਪਫੁਲ ਕਿ ਅਗਰ ਆਪਾਂ ਏਦਾਂ ਹੀ ਦ੍ਰਿੜਤਾ ਨਾਲ ਸਾਰੇ ਲੜਦੇ ਰਹੇ ਤਾਂ ਅਵਸ਼ ਪੰਜਾਬ ਕਿਸੇ ਦਿਨ ਇੱਕ ਅੱਛਾ ਸੂਬਾ ਮੁੜ ਬਹਾਲ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।